खबर की नजर। हाँ हाँ ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਰ ਦਰਸ਼ਕੋ, ਅੱਜ ਦੀਆਂ ਖਬਰਾਂ ਦੇ ਵਿੱਚ ਕੁਛ ਨੈਸ਼ਨਲ ਖਬਰਾਂ ਨੇ, ਕੁਛ ਪੰਜਾਬ ਨਾਲ ਸੰਬੰਧਿਤ ਤੇ ਪੰਜਾਬ ਦੇ ਵਿੱਚ ਵੀ ਅਕਾਲੀ ਦਲ ਨਾਲ ਸੰਬੰਧਿਤ। ਸੱਚਮੁੱਚੀ ਸੁਖਬੀਰ ਸਿੰਘ ਬਾਦਲ ਬੁਰੀ ਤਰੀਕੇ ਨਾਲ ਘਿਰ ਗਏ ਨੇ। ਪਤਾ ਨੀ ਸੁਖਬੀਰ ਬਾਦਲ ਦੇ ਕਿਹੋ ਜਿਹੇ ਸਲਾਹਕਾਰ ਨੇ, ਕਿਸ ਕਿਸਮ ਦੀਆਂ ਸਲਾਹਾਂ ਦੇ ਰਹੇ ਨੇ। ਲੇਕਿਨ ਦੂਜੇ ਪਾਸੇ ਜਿਹੜਾ ਘੇਰਾ ਪ੍ਰਦੀਪ ਕਲੇਰ ਨੇ ਪਾਇਆ, ਉਸਦੀ ਇੰਟਰਵਿਊ ਨੇ ਪਾਇਆ, ਸਵਾਲ ਵੱਡੇ ਖੜੇ ਹੋਏ ਨੇ। ਖੈਰ, ਸਰਪ੍ਰਸਤ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੂੰ ਕੱਢਿਆ ਨੀ ਉਹਨਾਂ ਨੇ ਪਾਰਟੀ ਚੋਂ। ਅੱਠ ਜਿਹੜੇ ਬੰਦੇ ਕੱਢੇ ਸੀ ਤੇ ਉਹਨਾਂ ਚ ਸੁਰਜੀਤ ਰੱਖੜਾ ਤੇ ਸੁੱਚਾ ਸਿੰਘ ਛੋਟੇਪੁਰ, ਫਿਰ ਜਿਹੜਾ ਹੈ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਆਪਣਾ ਸਿਕੰਦਰ ਸਿੰਘ ਮਲੂਕਾ, ਅੱਠ ਬੰਦੇ ਸੀ ਇਹ। ਇਹਨਾਂ ਨੂੰ ਕੱਢਤਾ, ਸੁਖਦੇਵ ਸਿੰਘ ਢੀਂਡਸਾ ਨੂੰ ਕੱਢਿਆ ਨੀ ਤੇ ਉਹ ਕਹਿੰਦੇ ਮੈਂ ਸਰਪ੍ਰਸਤ ਹਾਂ, ਇਹਨਾਂ ਦੇ ਜਿਹੜੇ ਅੱਠ ਬੰਦੇ ਕੱਢੇ ਨੇ ਮੈਂ ਰੱਦ ਕੀਤੀ ਇਹਨਾਂ ਦੀ ਕਾਰਵਾਈ ਅਨੁਸ਼ਾਸਨੀ ਕਮੇਟੀ ਦੀ। ਅਨੁਸ਼ਾਸਨੀ ਕਮੇਟੀ ਤਾਂ ਕੱਢ ਹੀ ਨਹੀਂ ਸਕਦੀ, ਇਹ ਤਾਂ ਕੰਮ ਵਰਕਿੰਗ ਕਮੇਟੀ ਦਾ। ਅਨੁਸ਼ਾਸਨੀ ਕਮੇਟੀ ਤਾਂ ਸਿਫਾਰਿਸ਼ ਕਰ ਸਕਦੀ ਹੈ ਜਾਂ ਪ੍ਰਧਾਨ ਕੱਢਦਾ ਜਾਂ ਇਹ ਸੰਵਿਧਾਨ ਦੇ ਮੁਤਾਬਕ ਨਹੀਂ। ਬੜੀ ਤਿੱਖੀ ਜਿਹੜੀ ਹੈ ਹੁਣ ਲੜਾਈ ਹੋ ਚੁੱਕੀ ਹੈ, ਇਹ ਤੇ ਗੱਲ ਕਰਾਂਗੇ ਤੇ ਨਾਲ ਫਿਰ ਆਪਾਂ ਗੁਲਾਬ ਚੰਦ ਕਟਾਰੀਆ ਨੂੰ ਬੜੇ ਜੱਫੀ ਪਾ ਕੇ ਮਿਲੇ ਨੇ ਭਗਵੰਤ ਮਾਨ, ਬੜਾ ਸਵਾਗਤ ਕੀਤਾ। ਇਹ ਜੱਫੀ ਕਿੰਨਾ ਚਿਰ ਕਾਇਮ ਰਹਿੰਦੀ ਹੈ, ਕਿਉਂਕਿ ਗੁਲਾਬ ਚੰਦ ਕਟਾਰੀਆ ਨੇ ਵੀ ਐਲਾਨ ਕਰਤਾ ਕਿ ਉਹ ਵੀ ਐਂ ਦੌਰੇ ਕਰਨਗੇ, ਜਿਹੜਾ ਹੈ ਪੰਜਾਬ ਦੇ ਵਿੱਚ ਆਇਆ ਕਰਨਗੇ, ਸਰਹੱਦੀ ਇਲਾਕਿਆਂ ਦੇ ਵਿੱਚ ਪੰਜਾਬ ਦੀ ਸੇਵਾ ਉਹ ਵੀ ਕਰਨਗੇ, ਉਹਨਾਂ ਨੇ ਕਿਹਾ ਨਵੇਂ ਗਵਰਨਰ ਨੇ। ਖੈਰ, ਕੱਲ੍ਹ ਸਹੁੰ ਚੁੱਕ ਲਈ ਤੇ ਨਾਲ ਜਿਹੜੀਆਂ ਮੌਸਮ ਨੇ ਖਰਾਬੀ ਕੀਤੀ ਹੈ, ਹੁਣ ਤਾਂ ਬਹੁਤ ਜ਼ਿਆਦਾ, ਹੁਣ ਤਾਂ ਪੰਜਾਬ 'ਚ ਵੀ ਮੀਂਹ ਪੈਣਾ ਸ਼ੁਰੂ ਹੋਇਆ ਹੈ। ਵਾਇਨਾਡ ਦੇ ਵਿੱਚ 259 ਮੌਤਾਂ ਦੀ ਖਬਰ ਆਈ ਹੈ, ਕੇਰਲਾ ਦੇ ਵਾਇਨਾਡ ਦੇ ਵਿੱਚ, ਜਿੱਥੇ ਅੱਜ ਰਾਹੁਲ ਗਾਂਧੀ ਜਾ ਰਹੇ ਨੇ, ਉੱਥੋਂ ਦੇ MP ਨੇ, ਪ੍ਰਿਯੰਕਾ ਗਾਂਧੀ MP ਬਣਨਾ ਚਾਹੁੰਦੀ, ਉਹ ਵੀ ਨਾਲ ਜਾਏਗੀ। ਇਹਦੀ ਗੱਲ ਕਰਾਂਗੇ। ਦਿੱਲੀ ਦੇ ਵਿੱਚ, ਲਖਨਊ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਨੇ। ਤਾਂ ਸਵੇਰੇ ਸਵੇਰੇ ਖਬਰ ਆਈ ਕਿ ਸ਼ਿਮਲਾ ਦੇ ਮੰਡੀ ਵਿੱਚ ਬੱਦਲ ਫਟ ਗਿਆ ਤੇ ਇੱਕ ਪੂਰੀ ਬਿਲਡਿੰਗ ਸਬਜ਼ੀ ਮੰਡੀ ਦੀ, ਜਿਵੇਂ ਤਾਸ਼ ਦੇ ਪੱਤੇ ਡਿੱਗਦੇ ਹੁੰਦੇ ਨੇ, ਐਂ ਡਿੱਗਦੇ ਹੀ ਦਿਖਾਈ ਦਿੰਦੀ ਹੈ ਉਹ। ਹਾਲਾਂਕਿ ਬੰਦਿਆਂ ਨੂੰ ਕੱਢ ਲਿਆ ਸੀ, ਤਾਂ ਵੀ ਕਹਿੰਦੇ ਨੇ 7 ਬੰਦੇ ਜਿਹੜੇ ਬਿਹਾਰ ਦੇ ਵਿੱਚ ਬਹਿ ਗਏ ਨੇ, ਉਹਦੀ ਵੀ ਗੱਲ ਕਰਾਂਗੇ। ਅਨੁਰਾਗ ਠਾਕੁਰ ਨੇ ਕਾਹਦੀ ਜਾਤ ਪੁੱਛੀ, ਰਾਹੁਲ ਗਾਂਧੀ ਦੀ ਰੌਲਾ ਰੱਪਾ ਬਹੁਤ ਵੱਧ ਗਿਆ। ਔਰ ਕੱਲ੍ਹ ਲੋਕ ਸਭਾ 'ਚ ਹੰਗਾਮਾ ਹੋਇਆ, ਚਰਨਜੀਤ ਚੰਨੀ ਜਿਹੜੇ ਅੱਜ ਕੱਲ੍ਹ ਚਰਚਾ 'ਚ ਨੇ, ਵਧੀਆ ਭਾਸ਼ਣ ਦਿੱਤਾ ਸੀ ਪਿਛਲੇ ਦਿਨੀ ਉਹਨਾਂ ਨੇ ਲੋਕ ਸਭਾ 'ਚ, ਉਹਨਾਂ ਨੇ ਵੀ ਇੱਕ ਮਤਾ ਰੱਖਤਾ, ਕਿਉਂਕਿ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਹ ਭਾਸ਼ਣ ਬਹੁਤ ਵਧੀਆ ਲੱਗਿਆ ਤੇ ਉਹਨਾਂ ਨੇ ਟਵੀਟ ਕਰਕੇ ਲੋਕਾਂ ਨੂੰ ਕਿਹਾ ਸੀ ਇਹ ਸੁਣੋ, ਜਿਹਦੇ 'ਚ ਜਿਹੜਾ ਹੈ ਅਨੁਰਾਗ ਠਾਕੁਰ ਇਹ ਕਹਿੰਦਾ ਹੈ ਕਿ ਜਿਸ ਕੀ ਜਾਤ ਕਾ ਪਤਾ ਨਹੀਂ ਉਹ ਜਾਤੀ ਗਣਗਣਨਾ ਕੀ ਬਾਤ ਕਰ ਰਿਹਾ ਹੈ। ਮੋਦੀ ਸਾਹਿਬ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ। ਮੋਦੀ ਸਾਹਿਬ ਨੂੰ ਤਾਂ ਅਨੁਰਾਗ ਠਾਕੁਰ ਦੀ ਉਹ ਗੱਲ ਵੀ ਚੰਗੀ ਲੱਗੀ ਸੀ ਜਿਹੜੀ ਦਿੱਲੀ 'ਚ ਕੱਢੀ ਸੀ, ਦੇਸ਼ ਕੋ ਗਦਾਰੋ ਕੋ ਗੋਲੀ ਮਾਰੋ, ਜੋ ਵੀ ਇਹਨੇ ਕਿਹਾ ਸੀ ਉਦੋਂ ਇਹਨਾਂ ਨੂੰ ਮੰਤਰੀ ਬਣਾਤਾ ਸੀ। ਸੋ ਇਹ ਵੀ ਗੱਲ ਕਰਾਂਗੇ। ਗਡਕਰੀ ਸਾਹਿਬ ਨੇ ਇੱਕ ਵਾਰੀ ਫਿਰ ਦੱਸਤਾ ਨੈਸ਼ਨਲ ਲੈਵਲ ਤੇ ਕਿ ਮੈਂ ਮੋਦੀ ਸਾਹਿਬ ਨਾਲ ਬਿਲਕੁਲ ਸਹਿਮਤ ਨਹੀਂ। ਉਹਨਾਂ ਨੇ ਸੀਤਾਰਮਨ ਨੂੰ ਲਿਖਤਾ ਜਿਹੜੇ ਬੀਮੇ ਤੇ GST ਲਾਇਆ 18%, ਇਹ ਕਿਉਂ ਲਾਇਆ, ਇਹ ਵੀ ਗੱਲ ਕਰਾਂਗੇ। ਤੇ ਦੋ ਖਬਰਾਂ ਹਾਈਕੋਰਟ ਦੇ ਫੈਸਲੇ, ਇੱਕ ਹਾਈਕੋਰਟ ਦਾ ਫੈਸਲਾ ਰਾਮ ਰਹੀਮ ਦੇ ਖਿਲਾਫ, ਉਹਨੂੰ ਹਲੇ ਫੜਨ ਨਹੀਂ ਮਿਲਣੀ। ਦੂਜਾ ਜਿਹੜਾ ਹੈ ਉਹ ਹਾਈਕੋਰਟ ਨੇ
ਟੂਰ ਪਲਾਜ਼ਾ ਲਾਟੋ ਵਾਲਾ ਜਿਹੜਾ ਹੈ ਉਹ ਖੁਲਾ ਦਿੱਤਾ ਹੈ, ਸਭ ਤੋਂ ਮਹਿੰਗਾ ਟੂਰ ਪਲਾਜ਼ਾ, ਉਹਦੀ ਵੀ ਗੱਲ ਕਰਨੀ। ਕੇਜਰੀਵਾਲ ਦੀ ਨੂੰ ਵੀ ਰਾਹਤ ਨਹੀਂ ਮਿਲ ਰਹੀ, ਨਾ ਸਿਸੋਦੀਆ ਨੂੰ, ਨਾ ਕੇ ਕਪਤਾ ਨੂੰ, ਇਹਨਾਂ ਨੂੰ ਜਿਹੜਾ ਹੈ ਨਿਆਇਕ ਹਿਰਾਸਤ ਵਧਾ ਦਿੱਤੀ। ਬਹੁਤ ਸਾਰੀਆਂ ਹੋਰ ਖਬਰਾਂ ਨੇ, ਜਿੰਨਾ ਕੁ ਵਕਤ ਮਿਲਦਾ ਆਪਾਂ ਗੱਲ ਕਰਦੇ ਹਾਂ। ਲੇਕਿਨ ਪਹਿਲਾਂ ਆਪਾਂ ਗੱਲ ਕਰੀਏ ਜਿਹੜੀ ਪੰਜਾਬ ਲਈ ਵੱਡੀ ਖਬਰ ਹੈ, ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਲਈ ਵੱਡੀ ਖਬਰ ਹੈ, ਉਸ ਬੰਦੇ ਲਈ ਵੱਡੀ ਖਬਰ ਹੈ ਜਿਹੜਾ ਕਹਿੰਦਾ ਸੀ ਅਸੀਂ 25 ਸਾਲ ਰਾਜ ਕਰਨਾ ਹੈ, ਸੁਖਬੀਰ ਸਿੰਘ ਬਾਦਲ ਲਈ। ਪਤਾ ਨਹੀਂ ਸੁਖਬੀਰ ਸਿੰਘ ਬਾਦਲ ਕਿਹੋ ਜਿਹੀ ਰੂਪ ਚੱਲਦਾ ਹੈ, ਜਿਹੜੇ ਚੈਸ ਦੇ ਪਲੇਅਰ ਹੁੰਦੇ ਨੇ ਉਹ ਵੀ ਸੋਚ ਕੇ ਖੇਡਦੇ ਨੇ, ਪਤਾ ਨਹੀਂ ਲੱਗਦਾ। ਹੁਣ ਤਾਂ ਮੈਨੂੰ ਲੱਗਦਾ ਕਿ ਪੁੱਠੀ ਪੈ ਗਈ, ਕਿਉਂਕਿ ਪਿਕ ਐਂਡ ਚੂਜ਼ ਕਰਕੇ ਜਿਹੜੇ ਬੰਦਿਆਂ ਨੂੰ ਕੱਢਿਆ ਗਿਆ ਸੀ 8 ਨੂੰ, ਤੇ ਉਹ ਬੰਦੇ ਜਿਹੜੇ 8 ਪਾਰਟੀ ਤੋਂ ਬਾਹਰ ਕੱਢੇ ਤੇ 7 ਹਲਕਾ ਇੰਚਾਰਜ ਕੱਢੇ ਸੀ, ਉਹ ਬੰਦਿਆਂ ਦੇ ਮਾਮਲੇ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਮੈਂ ਸਰਪ੍ਰਸਤ ਹਾਂ, ਉਹਨਾਂ ਨੂੰ ਤਾਂ ਕੱਢਿਆ ਨਹੀਂ, ਇਹਦਾ ਮਤਲਬ ਸਰਪ੍ਰਸਤੀ ਕਾਇਮ ਹੈ। ਉਹ ਕਹਿੰਦੇ ਮੈਂ ਰੱਦ ਕਰਦਾ, ਇਹ ਬਿਲਕੁਲ ਗਲਤ ਹੈ, ਗੈਰ ਸੰਵਿਧਾਨਕ ਹੈ, ਅਨੁਸ਼ਾਸਨੀ ਕਮੇਟੀ ਕੋਲ ਤਾਂ ਕਹਿੰਦੇ ਕੋਈ ਰਾਈਟ ਹੀ ਨਹੀਂ ਹੈ, ਉਹ ਤਾਂ ਸਿਫਾਰਿਸ਼ ਕਰ ਸਕਦੀ ਹੈ, ਜਾਂ ਪ੍ਰਧਾਨ ਕਰ ਸਕਦਾ ਹੈ, ਜਾਂ ਵਰਕਿੰਗ ਕਮੇਟੀ ਕਰ ਸਕਦੀ ਹੈ। ਸੋ ਉਹਨਾਂ ਨੇ ਸੁਖਦੇਵ ਸਿੰਘ ਫੈਸਲਾ ਨੇ ਜਿਹੜਾ ਫੈਸਲਾ ਰੱਦ ਕਰਤਾ। ਹੁਣ ਸੁਖਦੇਵ ਸਿੰਘ ਢੀਂਡਸਾ ਕੱਲ੍ਹ ਦੇਖੋ ਲੀਡਰ ਹੈ ਬੋਲੇ, ਕਹਿੰਦੇ ਇਹ ਹੁਣ ਤਾਂ ਫੈਸਲਾ ਪਾਰਟੀ ਦੇ ਜਨਰਲ ਇਜਲਾਸ ਚ ਹੀ ਹੋਊਗਾ, ਤੇ ਡੈਲੀਗੇਟ ਆਉਣਗੇ, ਡੈਲੀਗੇਟਸ ਇਜਲਾਸ ਦੇ ਵਿੱਚ ਬੁਲਾ ਕੇ ਫਿਰ ਆਪਾਂ ਦੇਖਾਂਗੇ ਪਾਰਟੀ ਪ੍ਰਧਾਨ ਕੌਣ ਹੈ, ਅਹੁਦੇਦਾਰਾਂ ਦੀ ਕਰਾਂਗੇ ਚੋਣ। ਇਹ ਉਹਨਾਂ ਨੇ ਕੀਤਾ ਐਲਾਨ, ਤੇ ਇਹ ਜਿਹੜੀ ਗੱਲ, ਹਾਲਾਂਕਿ ਉਸ ਤੋਂ ਬਾਅਦ ਬਲਵਿੰਦਰ ਸਿੰਘ ਭੁੰਦੜ ਤੇ ਹੋਰ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਸਲਾਹਕਾਰ ਨੇ ਉਹ ਕਹਿੰਦੇ ਜੀ ਇਹ ਤਾਂ ਹੋ ਨਹੀਂ ਸਕਦਾ, ਇਹਨਾਂ ਕੋਲ ਤਾਂ ਕੋਈ ਰਾਈਟ ਨਹੀਂ ਹੈ ਇਹ ਫੈਸਲਾ ਰੱਦ ਕਰਨ ਦਾ, ਇਹ ਤਾਂ ਬਾਅਦ ਦੀ ਗੱਲ ਹੈ। ਲੇਕਿਨ ਸੁਖਦੇਵ ਸਿੰਘ ਢੀਂਡਸਾ ਨੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਕੀਤੀਆਂ ਜਿਨ੍ਹਾਂ ਤੇ ਅਸੀਂ ਚਰਚਾ ਵੀ ਕਰ ਸਕਦੇ ਹਾਂ। ਉਹ ਕਹਿੰਦੇ ਪ੍ਰਦੀਪ ਕਲੇਰ ਦੀ ਜਿਹੜੀ ਇੰਟਰਵਿਊ ਹੈ ਉਹਦੇ ਚ ਕਹਿੰਦੇ ਹੁਣ ਸੱਚ ਜਿਹੜਾ ਹੈ ਜਗ ਜਾਹਰ ਹੋ ਗਿਆ, ਤੇ ਇਹ ਜਿਹੜੀ ਹੈ ਸੁਖਬੀਰ ਸਿੰਘ ਜਿਹੜਾ ਉਹ ਸੰਗਤ ਦੀ ਭਾਵਨਾ ਦੇ ਖਿਲਾਫ ਪ੍ਰਧਾਨ ਬਣਿਆ ਹੋਇਆ, ਤੇ ਇਹ ਜਿਹੜਾ ਬੰਦਾ ਜਿਹੜਾ ਪੰਥ ਤੋਂ ਸਿੱਖਿਆ ਹੋਇਆ, ਜੋ ਅਕਾਲ ਤਖ਼ਤ ਤੋਂ ਸਿੱਖੇ ਬੰਦੇ ਨਾਲ ਚਿੱਠੀਆਂ ਦਾ ਵੀ ਆਦਾਨ ਪ੍ਰਦਾਨ ਕਰਦਾ ਰਿਹਾ ਤੇ ਮੁਲਾਕਾਤਾਂ ਵੀ ਕਰਦਾ ਰਿਹਾ, ਇਹਦੇ ਨਾਲ ਤਾਂ ਸਾਨੂੰ ਬੜੀ ਨਰੋਸ਼ੀ ਹੈ, ਸਾਨੂੰ ਤਾਂ ਸ਼ਰਮ ਆਉਂਦੀ ਹੈ। ਵੈਸੇ ਇਹ ਵੈਸੇ ਕਮਾਲ ਹੁੰਦੀ ਹੈ ਕਿ ਜਿਹੜੇ ਬੰਦੇ ਵਿਰੋਧੀ ਧੜਾ ਹੈ ਉਹਦੇ ਚੋਂ ਵੀ ਕਈ ਬੰਦੇ ਵੈਸੇ ਗੁਰਮੀਤ ਰਾਮ ਰਹੀਮ ਨੂੰ ਮਿਲਦੇ ਰਹੇ, ਪ੍ਰਦੀਪ ਕਲੇਰ ਨੇ ਕਿਹਾ ਸੀ। ਹਾਲਾਂਕਿ ਪ੍ਰਦੀਪ ਕਲੇਰ ਦੀ ਇੰਟਰਵਿਊ ਤੋਂ ਇਉਂ ਲੱਗਦਾ ਕਿ ਨਿਸ਼ਾਨਾ ਸੁਖਬੀਰ ਸਿੰਘ ਬਾਦਲ ਸੀ, ਸੁਖਬੀਰ ਸਿੰਘ ਬਾਦਲ ਤੇ ਵੀ ਦੋ ਉਹ ਨਿਸ਼ਾਨੇ ਲਾਏ ਜਿਨ੍ਹਾਂ ਚ ਫਸਦਾ ਨਜ਼ਰ ਆਉਂਦਾ ਹੈ। ਇੱਕ ਨਿਸ਼ਾਨਾ ਇਹ ਲਾਇਆ ਸੀ ਕਿ ਲਗਾਤਾਰ ਇਹ 12, 14, 17 ਦੀ ਇਲੈਕਸ਼ਨ ਦੇ ਵਿੱਚ ਮਿਲਦੇ ਰਹੇ, ਉਹ ਕਿੱਥੇ ਕਿੱਥੇ ਮੁਲਾਕਾਤ ਹੋਈ, ਦਿੱਲੀ, ਬੰਬੇ, ਜਾਂ ਇੱਥੇ ਜੈਪੁਰ, ਜਾਂ ਜਿਹੜੀ ਸਰਸੇ ਹੋਈ, ਉਹਦੀਆਂ ਸਾਰੀਆਂ ਗੱਲਾਂ ਦੱਸੀਆਂ। ਜਿਹੜੀ ਚਿੱਠੀ ਦੀ ਗੱਲ ਕੀਤੀ ਕਿ ਮਾਫ਼ੀ ਤਾਂ ਉਹਨੇ ਮੰਗੀ ਨਹੀਂ, ਉਹਨੇ ਜਿਹੜਾ ਹਿੰਦੀ ਚ ਸਪਸ਼ਟੀਕਰਨ ਦਿੱਤਾ ਸੀ ਦਲਜੀਤ ਸਿੰਘ ਚੀਮਾ ਨੇ ਪੰਜਾਬੀ ਚ ਕਰਕੇ ਆਪ ਹੀ ਲਿਖਤਾ ਕਿ ਉਹਨਾਂ ਦਾ ਜਾ ਚੁੱਕਾ ਹੈ, ਇਹ ਸਾਰੀ ਗੱਲਬਾਤ ਤੇ ਵੀ ਇਹਨਾਂ ਨੇ ਕਿਹਾ ਕਿ ਸੁਖਬੀਰ ਜਿਹੜਾ ਹੈ ਬਾਦਲ ਨੇ ਪੰਥ ਦਾ ਜਿਹੜਾ ਹੈ ਜਿਹੜਾ ਅਪਮਾਨ ਕੀਤਾ, ਕਿਉਂਕਿ ਮਰਿਆਦਾ ਤੋੜੀ ਹੈ, ਇਹਨਾਂ ਨੂੰ ਮਿਲਦਾ ਰਿਹਾ। ਇਸ ਕਿਸਮ ਦੀਆਂ ਗੱਲਾਂ ਕੱਲ ਦੇਖਣ ਨੂੰ ਮਿਲੀਆਂ। ਸੁਖਦੇਵ ਸਿੰਘ ਢੀਂਡਸਾ ਨੇ ਜਿਹੜੀ ਮੀਟਿੰਗ ਬੁਲਾਈ ਉਹ ਚ ਕਾਫੀ ਬੰਦੇ ਹਾਜ਼ਰ ਸੀ, ਮੈਂ ਦੇਖ ਰਿਹਾ ਸੀ ਫੋਟੋ ਚ ਗੁਰਪ੍ਰਤਾਪ ਸਿੰਘ ਬਡਾਲਾ, ਸਰਜੀਤ ਸਿੰਘ ਰੱਖੜਾ, ਚਰਨਜੀਤ ਸਿੰਘ ਬਰਾੜ, ਬਲਦੇਵ ਸਿੰਘ ਮਾਨ, ਸੱਚਾ ਸਿੰਘ ਛੋਟੇਪੁਰ, ਗਗਨਜੀਤ ਸਿੰਘ ਬਰਨਾਲਾ, ਕਰਨੈਲ ਸਿੰਘ ਪੰਜੋਲੀ, ਤੇ ਜਸਟਿਸ ਨਿਰਮਲ ਸਿੰਘ, ਤੇਜਿੰਦਰਪਾਲ ਸਿੰਘ ਸੰਧੂ, ਇਹ ਸਾਰੇ ਬੈਠੇ ਸੀ।
ਹਾਂ ਪਰਮਿੰਦਰ ਸਿੰਘ ਢੀਂਡਸਾ ਨੇ ਸੀ ਤੇ ਸਿਕੰਦਰ ਸਿੰਘ ਮਲੂਕਾ ਨੇ ਸੀ। ਜਦੋਂ ਪੁੱਛਿਆ ਇਹ ਜੀ ਦੋਨੇ, ਕਹੇ ਜੀ ਦੋਨੇ ਬਿਮਾਰ ਨੇ। ਸੋ ਜੋ ਵੀ ਹੋਵੇ, ਇਹ ਜਿਹੜੀ ਡਿਵੈਲਪਮੈਂਟ ਹੋਈ ਹੈ ਇਹਦੇ ਚ ਸੁਖਬੀਰ ਸਿੰਘ ਬਾਦਲ ਸੱਚਮੁੱਚ ਹੀ ਹੁਣ ਉਹਨਾਂ ਕੋਲ ਕੋਈ ਉਸ ਤਰ੍ਹਾਂ ਦਾ ਜਵਾਬ ਨਹੀਂ, ਕੋਈ ਕਾਟ ਨਹੀਂ। ਹੁਣ ਦੇਖੋ ਉਹਨਾਂ ਦੇ ਜਿਹੜੇ ਅੱਜ ਕੱਲ੍ਹ ਦੇ ਐਡਵਾਈਜ਼ਰ ਲੋਕ ਕੀ ਕਹਿੰਦੇ ਨੇ। ਵੈਸੇ ਮੈਂ ਸਮਝਦਾ ਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਲੋਕਾਂ ਦੇ ਮਨਾਂ ਚ ਪਰਸੈਪਸ਼ਨ ਹੈ ਉਹ ਬੜੀ ਗੜਬੜ ਚਲੀ ਗਈ ਹੈ। ਪ੍ਰਦੀਪ ਕਲੇਰ ਮੁੱਖ ਦੋਸ਼ੀ ਹੈ, ਕੋਈ ਦੋ ਰਾਵਾ ਨਹੀਂ। ਪ੍ਰਦੀਪ ਕਲੇਰ ਜਿਹੜਾ ਉਹ ਭਗੌੜਾ ਹੈ, ਇਹਦੇ ਚ ਵੀ ਕੋਈ ਦੋ ਰਾਵਾ ਨਹੀਂ। ਪ੍ਰਦੀਪ ਕਲੇਰ ਦੇ ਪਿੱਛੇ ਕੌਣ ਹੈ? ਇਹ ਭਾਰਤੀ ਜਨਤਾ ਪਾਰਟੀ ਕੋਈ ਕਹਿ ਰਿਹਾ, ਕੋਈ ਆਮ ਆਦਮੀ ਪਾਰਟੀ ਕਹਿ ਰਿਹਾ, ਕੋਈ ਕੁਛ ਕਹਿ ਰਿਹਾ, ਜੋ ਵੀ ਕੁਛ ਹੋ ਰਿਹਾ। ਲੇਕਿਨ ਜਿਹੜੇ ਖੁਲਾਸੇ ਕੀਤੇ ਨੇ, ਭਾਵੇਂ ਕਿ ਇਹਦੀ ਪ੍ਰਦੀਪ ਕਲੇਰ ਦੇ ਮਾਮਲੇ ਦੇ ਵਿੱਚ ਲੋਕਾਂ ਦੇ ਮਨਾਂ ਚ ਇਸ ਕਰਕੇ ਇਹ ਨਫ਼ਰਤ ਹੈ ਕਿ ਇਹਨੇ ਬੇਅਦਬੀ ਕੀਤੀ, ਲੇਕਿਨ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਬਾਰੇ ਜਿਹੜੇ ਖੁਲਾਸੇ ਕੀਤੇ ਨੇ ਉਹ ਵੀ ਲੋਕ ਮਨਾਂ ਦੇ ਵਿੱਚ ਜਿਹੜੀ ਹੈ ਕਿਸਮ ਦੀ ਛਾਪ ਛੱਡ ਰਹੇ ਨੇ। ਤੇ ਇਹਦਾ ਜਵਾਬ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਇਹ ਕਹਿ ਕੇ ਦਿੱਤਾ ਵੀ ਝੂਠ ਹੈ, ਮੈਂ ਤਾਂ ਅਕਾਲ ਤਖ਼ਤ ਸਾਹਿਬ ਦੇ ਪੇਸ਼ ਹੋਇਆ ਹੋਇਆ, ਬਸ ਹੁਣ ਉਹਨਾਂ ਨੇ ਫੈਸਲਾ ਕਰਨਾ ਹੈ। ਵੈਸੇ ਸਾਰੇ ਹਾਲਾਤ ਦੇ ਵਿੱਚ ਕਸੂਤੀ ਸਥਿਤੀ ਇੰਨੀ ਕੁ ਬਣ ਗਈ ਹੈ ਸੁਖਬੀਰ ਸਿੰਘ ਬਾਦਲ ਦੀ ਕਿ ਉਹ ਕੀ ਜਵਾਬ ਦੇਵੇ ਤੇ ਜਾਂ ਉਹ ਧੜਾ ਕੀ ਜਵਾਬ ਦੇਵੇ। ਦੂਜੇ ਪਾਸੇ ਕਸੂਤੀ ਸਥਿਤੀ ਹੁਣ ਜਥੇਦਾਰ ਸਾਹਿਬ ਦੀ ਵੀ ਬਣ ਗਈ ਹੈ, ਉਹਨਾਂ ਦੇ ਮਨਾਂ ਦੇ ਵਿੱਚ ਵੀ ਹੁਣ ਇਸ ਕਿਸਮ ਦਾ ਪ੍ਰਭਾਵ ਤਾਂ ਪਹੁੰਚ ਗਿਆ ਕਿ ਸੰਗਤ ਇਨਸਾਫ਼ ਚਾਹੁੰਦੀ ਹੈ। ਜੇ ਕਿਤੇ ਪਹਿਲੇ ਜਥੇਦਾਰਾਂ ਵਾਂਗ ਕੁਛ ਇਸ ਤਰ੍ਹਾਂ ਦਾ ਕਰਤਾ ਤੇ ਜਿਹੜਾ ਲੱਗਿਆ ਕਿ ਅਲਾਰ ਹੋ ਕੇ ਕਿਸੇ ਦੇ ਹੱਕ ਚ ਜਾਣਬੁੱਝ ਕੇ ਗੱਲ ਜਾਂਦੀ ਹੈ ਤਾਂ ਉੱਥੇ ਵੀ ਕੰਮ ਖਰਾਬ ਹੋ ਸਕਦਾ ਹੈ। ਇਹ ਜਿਹੜੀ ਸਰਵਉੱਚ ਸੰਸਥਾ ਤੇ ਜਿਹੜਾ ਬੈਠਾ ਬੰਦਾ ਹੈ ਉਸ ਨੂੰ ਵੀ ਇਨਸਾਫ ਦੀ ਆਸ ਲੋਕ ਕਰਦੇ ਨੇ, ਉਹ ਨਹੀਂ ਆਸ ਕਰਦੇ ਕਿ ਕਿਸੇ ਦੇ ਹੱਕ ਜਾਂ ਬਲੋਚ ਜਿਵੇਂ ਹੁਣ ਤੱਕ ਇਸ਼ਾਰਿਆਂ ਤੇ ਨੱਚਦੇ ਰਹੇ ਨੇ ਕਈ ਬੰਦੇ, ਉਵੇਂ ਨਾ ਹੋਵੇ ਤਾਂ ਚੰਗਾ। ਇਸ ਕਿਸਮ ਦੀ ਗੱਲ ਹੈ। ਇਹ ਸਾਰੀ ਸਥਿਤੀ ਚ ਸ਼੍ਰੋਮਣੀ ਅਕਾਲੀ ਦਲ ਦਾ ਸੰਕਟ ਗਹਿਰਾਇਆ ਹੋਇਆ ਔਰ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ, ਇਹਦੇ ਪਿੱਛੇ ਆਮ ਆਦਮੀ ਪਾਰਟੀ ਹੈ, ਇਹਦੇ ਪਿੱਛੇ ਕਾਂਗਰਸ ਹੈ। ਇਹ ਸਾਰੀਆਂ ਗੱਲਾਂ ਚੱਲਦੀਆਂ ਰਹਿਣਗੀਆਂ, ਲੇਕਿਨ ਜਿਹੜੇ ਹਾਲਾਤ ਬਣੇ ਨੇ ਉਹਨਾਂ ਦੇ ਚ ਇੱਕ ਵੱਡਾ ਫੈਸਲਾ ਹੋਰ ਹੋਣਾ, ਉਹ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦਾ ਹੋਣਾ। ਤੇ ਇੱਕ ਗੱਲ ਹੋਰ ਵੀ ਜਿਹੜੀ ਨਜ਼ਰ ਆ ਰਹੀ ਹੈ, ਪਿਛਲੇ ਦਿਨੀ ਜਦੋਂ ਮੋਹਨ ਸਿੰਘ ਤੁੜ ਦੇ ਬਰਸੀ ਸਮਾਗਮ ਸੀ ਉਸ ਵੇਲੇ ਜਿਸ ਕਿਸਮ ਦਾ ਇਕੱਠ ਹੋਇਆ ਤੇ ਉੱਥੇ ਸੁੱਚਾ ਸਿੰਘ ਛੋਟੇ ਪਰ ਕਿਉਂਕਿ ਉਸ ਪਰਿਵਾਰ ਨਾਲ ਸੰਬੰਧਿਤ ਹੈ ਤੇ ਉਹ ਸਾਰੀ ਗੱਲਬਾਤ ਦੇ ਵਿੱਚ ਜਿਵੇਂ ਪੰਥਕ ਕਨਵੈਨਸ਼ਨ ਹੋਈ ਤੇ ਜਿਸ ਤਰੀਕੇ ਨਾਲ ਸਰਬਜੀਤ ਸਿੰਘ ਫਰੀਦਕੋਟ ਤੋਂ ਜਿਹੜੇ ਨਵੇਂ ਸਾਂਸਦ ਨੇ ਜਾਂ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਇਹਨਾਂ ਦੋਨਾਂ ਸੰਸਥਾ ਨੂੰ ਜਿਸ ਤਰੀਕੇ ਨਾਲ ਸੰਗਤ ਨੇ ਹੁਣ ਹੁੰਗਾਰਾ ਭਰਿਆ ਤੇ ਕਈ ਹੋਰ ਕਿਆਸ ਲਗਾਏ ਜਾ ਸਕਦੇ ਨੇ ਕਿ ਸਿੱਖ ਸਿਆਸਤ ਦੇ ਵਿੱਚ ਕੁਛ ਨਵਾਂ ਵਾਪਰ ਸਕਦਾ, ਨਵੀਂ ਸਫਬੰਦੀ ਹੋ ਸਕਦੀ ਹੈ। ਇਸ ਪਾਸੇ ਨੂੰ ਸਾਰੀ ਕਹਾਣੀ ਜਾ ਰਹੀ ਹੈ। ਖੈਰ ਹੁਣ ਆਪਾਂ ਅਗਲੀ ਗੱਲ ਕਰੀਏ, ਅਗਲੀ ਗੱਲ ਵੀ ਨਾਲ ਦੀ ਨਾਲ ਹੀ ਕਰ ਲਈ, ਉਹ ਹੈ ਸ਼੍ਰੋਮਣੀ ਕਮੇਟੀ ਦੀ। ਸ਼੍ਰੋਮਣੀ ਕਮੇਟੀ ਦੀਆਂ 11 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਤਾਂ ਉਦੋਂ ਵੋਟਾਂ ਪਈਆਂ ਸੀ ਜਿਹੜੀਆਂ, ਉਹਨਾਂ ਦੇ ਵਿੱਚ ਹਰਿਆਣਾ ਨਾਲ ਸੀ। ਉਦੋਂ 53 ਕੁ ਲੱਖ ਵੋਟਰ ਸੀ, 4 ਕੁ ਲੱਖ ਕੱਢ ਦੋ ਚਲੋ ਹਰਿਆਣਾ ਦੇ, ਫਿਰ ਵੀ 51 ਕੁ ਲੱਖ ਵੋਟਰ ਸਮਝੋ ਪੰਜਾਬ ਦੇ ਬਣਦੇ ਨੇ। ਪਰ ਹੁਣ ਕਿਉਂ ਨੀ ਲੋਕ ਵੋਟ ਬਣਾਉਂਦੇ? ਪਾਪੂਲੇਸ਼ਨ ਵਧੀਆ ਸਿੱਖਾਂ ਦੀ, ਕੀ ਸਿੱਖਾਂ ਦੇ ਵਿੱਚ ਹੁਣ ਰੋਡੀ ਪੋਡੀ ਸਾਧ ਸੰਗਤ ਵੱਧ ਗਈ ਹੈ? ਕਿਉਂ ਪੂਰਨ ਗੁਰਸਿੱਖ ਘੱਟ ਨੇ? ਇੱਕ ਤਾਂ ਸਵਾਲ ਇਹ ਉੱਠਦਾ ਕਿਉਂਕਿ ਸ਼ਰਤ ਹੈ ਵੋਟ ਬਣਾਉਣ ਦੀ,
ਜਾਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਵੀ ਇਹ ਡਰਾਮੇ ਬਾਜੀ ਆ ਸਾਰੀ, ਜਿਹੜੀ ਇੰਨੀਆਂ ਕੁਰਬਾਨੀਆਂ ਨਾਲ ਸ਼੍ਰੋਮਣੀ ਕਮੇਟੀ ਲਈ ਸੀ, ਲੋਕ ਕਿਉਂ ਨਹੀਂ ਉਹਨੂੰ ਵੋਟ ਬਣਾ ਕੇ ਚੁਣਨਾ ਚਾਹੁੰਦੇ, ਸਹੀ ਬੰਦਿਆਂ ਦੇ ਹੱਥ 'ਚ ਕਿਉਂ ਨਹੀਂ ਦੇਣਾ ਚਾਹੁੰਦੇ, ਇਹ ਵੀ ਇੱਕ ਵੱਡਾ ਸਵਾਲ ਹੈ। ਤੇ ਹੁਣ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਵਾਰ ਵਾਰ ਤਬਦੀਲੀ ਹੁੰਦੀ ਹੈ ਜੀ, ਹੁਣ 31 ਜੁਲਾਈ ਤੱਕ ਜਦੋਂ ਤੀਜੀ ਵਾਰ ਡੇਟ ਵਧਾਈ ਗਈ ਸੀ ਤੇ 31 ਜੁਲਾਈ ਦਿੱਤੀ ਸੀ ਕਿ 31 ਜੁਲਾਈ ਤੱਕ ਤੁਸੀਂ ਵੋਟਾਂ ਬਣਾਓ, ਹੁਣ ਫਿਰ ਡੇਟ ਵਧਾਤੀ ਹੈ, ਹੁਣ 16 ਸਤੰਬਰ ਕਰ ਦਿੱਤੀ ਹੈ। ਹਾਲੇ ਤੱਕ ਜਿਹੜੇ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਦੇ ਨੇ ਜਾਂ ਸੇਵਾ ਮੁਕਤ ਜਸਟਿਸ SS ਸਾਰੋਂ, ਉਹ ਕਹਿੰਦੇ ਹੁਣ ਤੱਕ ਜਿਹੜੇ ਰਜਿਸਟਰਡ ਹੋਏ ਨੇ 27,87,000 ਵੋਟਰ ਰਜਿਸਟਰ ਹੋਏ ਨੇ, ਯਾਨੀ ਕਿ ਇਹਨਾਂ 'ਚ 27,87,670 ਵੋਟਰ ਰਜਿਸਟਰ ਹੋਏ ਨੇ, ਹਾਲੇ ਵੋਟਾਂ ਨਹੀਂ ਬਣੀਆਂ। ਤੇ ਇਹ ਚਲੋ ਜੇ ਇੰਨੀਆਂ ਵੀ ਮੰਨ ਲਓ ਤਾਂ ਵੀ ਬਹੁਤ ਘੱਟ ਨੇ। ਤਾਂ ਹੁਣ 21 ਅਕਤੂਬਰ ਤੋਂ ਤੁਸੀਂ ਇਹ ਵੋਟਾਂ ਬਣਾ ਰਹੇ ਹੋ, ਲਗਭਗ 1 ਸਾਲ ਹੋ ਗਿਆ, 16 ਸਤੰਬਰ ਜਿਹੜੀ ਹੈ ਜੇ ਲਾਸਟ ਡੇਟ ਹੈ। ਤੇ ਉਹਦੇ ਵਿੱਚ ਹੁਣ ਮੈਨੂੰ ਇੱਕ ਗੱਲ ਚੰਗੀ ਲੱਗੀ ਹੈ, ਹਰ ਇੱਕ ਏਰੀਏ ਦੇ ਜਿਹੜੇ ਲੋਕ ਖਾਸ ਤੌਰ ਤੇ ਜਿਹੜੀਆਂ ਗੁਰਦੁਆਰਾ ਕਮੇਟੀਆਂ ਨੇ, ਛੋਟੇ ਛੋਟੇ ਜਿਹੜੇ ਗੁਰੂ ਘਰ ਹੁੰਦੇ ਨੇ ਮੁਹੱਲਿਆਂ ਦੇ ਵਿੱਚ, ਇਹ ਜਿਹੜੇ ਕਲੋਨੀਆਂ ਦੇ ਵਿੱਚ, ਉਹਨਾਂ ਦੇ ਜਿਹੜੇ ਅਹੁਦੇਦਾਰ ਨੇ ਜਾਂ ਉਹਨਾਂ ਦੇ ਜਿਹੜੇ ਸੇਵਾਦਾਰ ਜਿਹੜੇ ਉਸੇ ਵਲੰਟੀਅਰ ਨੇ, ਉਹ ਘਰ ਘਰ ਜਾ ਕੇ ਫਾਰਮ ਦਿੰਦੇ ਨੇ ਤੇ ਉਹਨਾਂ ਦੇ ਜਾ ਕੇ ਫੋਟੋਆਂ ਲੈਂਦੇ ਨੇ, ਆਧਾਰ ਕਾਰਡ ਲੈ ਕੇ ਤੇ ਵੋਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜੇ ਇਹ ਮੂਵ ਸਹੀ ਰਹਿੰਦੀ ਹੈ, ਹੋ ਸਕਦਾ ਜ਼ਿਆਦਾ ਵੋਟਾਂ ਬਣ ਜਾਣ, ਪਰ ਗੱਲ ਉਹੀ ਹੈ ਕਿ ਇਹਦੇ 'ਚ ਵੱਡੇ ਸਵਾਲ ਨੇ, ਲੋਕਾਂ ਦਾ ਮੋਹ ਭੰਗ ਹੋਣਾ ਜਾਂ ਲੋਕਾਂ ਦਾ ਪੂਰਨ ਗੁਰਸਿੱਖ ਨਾ ਹੋਣਾ, ਕੀ ਕਾਰਨ ਕੀ ਹੈ, ਇਹ ਤੇ ਵੀ ਚਰਚਾ ਹੋਣੀ ਚਾਹੀਦੀ ਹੈ। ਦੇਖੋ ਗਵਰਨਰ ਪੰਜਾਬ ਜਿਹੜੇ ਨੇ ਉਹ ਬਦਲ ਗਏ ਨੇ, ਤੁਹਾਨੂੰ ਪਤਾ ਹੀ ਹੈ, ਬਨਵਾਰੀ ਲਾਲ ਪੁਰੋਹਿਤ ਚਲੇ ਗਏ। ਤੇ ਬਨਵਾਰੀ ਲਾਲ ਪੁਰੋਹਿਤ ਜਿੰਨਾ ਚਿਰ ਰਹੇ ਚਰਚਾ 'ਚ ਰਹੇ, ਔਰ ਸੱਚਮੁੱਚੀ ਕਈ ਥਾਵਾਂ ਤੇ ਤਾਂ ਅੜਿੱਕਾ ਪਾਉਂਦੇ ਨਜ਼ਰ ਆਏ, ਉੱਥੇ ਭਗਵੰਤ ਮਾਨ ਠੀਕ ਵੀ ਪਾਏ। ਜੇ ਭਗਵੰਤ ਮਾਨ ਠੀਕ ਸੀ ਤਾਂ ਹੀ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਹੱਕ 'ਚ ਦਿੱਤੇ ਜੀ ਕਰ ਲਓ ਇਜਲਾਸ, ਇਹ ਤਾਂ ਇਜਲਾਸ ਨਹੀਂ ਕਰ ਦਿੰਦੇ ਸੀ, ਜੇ ਇਜਲਾਸ ਹੋ ਗਿਆ ਤਾਂ ਬਿੱਲ ਨਹੀਂ ਪਾ ਸਿਗਨੇਚਰ ਨਹੀਂ ਕਰਨੇ, ਕੋਈ ਰਾਸ਼ਟਰਪਤੀ ਕੋਲ ਭੇਜਿਆ। ਮਤਲਬ ਕਈ ਕਿਸਮ ਦੇ ਡਿੱਕੇ ਉਹਨਾਂ ਡਾਏ, ਨਾ ਸਿਰਫ ਡਿੱਕੇ ਡਾਏ ਵਰਕੇ ਜਿਵੇਂ ਕੋਈ ਪੋਲੀਟੀਸ਼ੀਅਨ ਸਟੇਟਮੈਂਟ ਦਿੰਦਾ ਹੁੰਦਾ ਹੈ ਕਿ ਜਿਹੜਾ ਨਸ਼ਾ ਤਾਂ ਘਰ ਘਰ ਵਿਕ ਰਿਹਾ ਜੀ, ਨਸ਼ਾ ਤਾਂ ਦੁਕਾਨਾਂ ਤੋਂ ਮਿਲ ਰਿਹਾ, ਜਿਹੜੀ ਠਿੱਠ ਕਰ ਰਹੇ ਸੀ ਭਗਵੰਤ ਮਾਨ ਸਰਕਾਰ ਨੂੰ, ਇਹ ਗੱਲ ਤਾਂ ਬਿਲਕੁਲ ਸਪਸ਼ਟ ਹੈ। ਹਾਲਾਂਕਿ ਜਾਂਦੇ ਹੋਏ ਕਹਿ ਗਏ ਕਿ ਜੇ ਹੁਣ ਮੈਂ 83 ਸਾਲ ਦਾ ਹੋ ਗਿਆ, ਬੜਾ ਅਨੰਦ 'ਚ ਜਾ ਰਿਹਾ, ਉਹ ਕਹਿਣਾ ਹੀ ਹੁੰਦਾ ਹੈ। ਫਿਰ ਉਹ ਹੋਇਆ ਤੇ ਹੁਣ ਆ ਗਏ ਗੁਲਾਬ ਚੰਦ ਕਟਾਰੀਆ ਸਾਹਿਬ, ਮਾਨ ਸਾਹਿਬ ਉਹਨਾਂ ਦੀ ਵਿਦਾਇਗੀ ਤੇ ਨਹੀਂ ਗਏ, ਲੇਕਿਨ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਜਦੋਂ ਸਹੁੰ ਚੁੱਕੀ, ਚੀਫ ਜਸਟਿਸ ਸ਼ੀਲ ਡਾਗੂ ਨੇ ਅਹੁਦੇ ਦੀ ਸਹੁੰ ਚੁਕਾਈ ਉਹਨਾਂ ਨੂੰ, ਉਸ ਦੇ ਫੰਕਸ਼ਨ ਦੇ ਵਿੱਚ, ਫੰਕਸ਼ਨ 'ਚ ਕਿਉਂਕਿ ਰਾਜਸਥਾਨੀ ਨੇ ਵੱਡੀ ਗਿਣਤੀ 'ਚ ਲੋਕਾਂ ਨੂੰ ਦਿਖਾਉਣਾ ਹੁੰਦਾ, ਰਾਜਸਥਾਨੀ ਬੜੀ ਗਿਣਤੀ 'ਚ ਆਏ, ਪਤਾ ਲੱਗਿਆ ਵੀ 200 ਗੈਸਟ ਸੀ ਰਾਜਸਥਾਨ ਤੋਂ, ਹੋਣੇ ਵੀ ਚਾਹੀਦਾ ਹੈ, ਹੋਰ ਕਾਹਦੇ ਲਈ ਹੈ ਬੰਦਾ ਜੇ ਆਪਣਿਆਂ 'ਚ ਹੀ ਜ਼ਿਆਦਾ ਹੁੰਦਾ ਹੈ। ਹੁਣ ਆਸਾਮ ਜਾ ਕੇ ਥੋੜ੍ਹੀ ਏਡੇ ਜਿਹੜੇ ਜਾਂਦੇ, ਇਹ ਤਾਂ ਨਾਲ ਹੈ ਤੇ ਅਗਲਾ ਗੱਡੀ ਤੇ ਆ ਸਕਦਾ, ਆ ਹੀ ਗਏ ਨੇ ਬੰਦੇ, ਉਹਨਾਂ ਦਾ ਰਹਿਣ ਰੋਣ ਦਾ ਪ੍ਰਬੰਧ ਵੀ, ਕਿਉਂਕਿ ਚੰਡੀਗੜ੍ਹ ਵੀ ਇਹਨਾਂ ਦੇ ਹੱਥ 'ਚ ਹੁੰਦਾ ਹੈ। ਖੈਰ ਇਹਨਾਂ ਨੂੰ ਉਹਨਾਂ ਨੇ ਹੁਣ ਸਹੁੰ ਚੁਕਾਤੀ ਤੇ ਉੱਥੇ ਫਿਰ ਮਾਨ ਸਾਹਿਬ ਵੀ ਪਹੁੰਚੇ ਹੋਏ ਸੀ, ਮਾਨ ਸਾਹਿਬ ਨੇ ਐਂ ਘੁੱਟ ਕੇ ਜੱਫੀ ਪਾਈ ਕਿ ਜੀ ਆਪਾਂ ਤਾਂ ਹੁਣ ਇਕੱਠੇ ਚੱਲਾਂਗੇ, ਹਾਲਾਂਕਿ ਲਾਏ ਭਾਰਤੀ ਜਨਤਾ ਪਾਰਟੀ ਦੇ ਹੋਏ ਨੇ, ਪਰ ਕਈ ਵਾਰੀ ਬੰਦਾ ਉਹੀ ਹੋਵੇ ਪਰ ਨਹੀਂ ਸੁਰ ਮਿਲਦੀ, ਉਹਨਾਂ ਨਾਲ ਨਹੀਂ ਸੁਰ ਮਿਲੀ, ਤੇ ਸੁਰ ਤਾਂ ਇਹਨਾਂ ਨਾਲ ਮਿਲ ਜੂਗੀ ਜੇ ਇਹਨਾਂ ਨੂੰ ਮਹੀਨੇ ਕੁ ਬਾਅਦ ਤੁਸੀਂ ਮਿਲਦੇ ਰਹੋਗੇ
ਤੇ ਇਹਨਾਂ ਦੀ ਉਹ ਵੀ ਸੈਟੀਸਫਾਈ ਰਹੂਗੀ ਤੇ ਚਲੋ ਫਾਰਮੈਲਿਟੀ ਵੀ ਜਿਹੜੀ ਹੁੰਦੀ ਹੈ ਪ੍ਰੋਟੋਕੋਲ ਵੀ ਬਰਕਰਾਰ ਰਹਿੰਦਾ ਉਹ ਵੀ ਰਹੂਗਾ ਤੇ ਖੈਰ ਇਹ ਬਾਕੀ ਹੋਰ ਬੰਦੇ ਵੀ ਸੀ ਹਰਿਆਣਾ ਦੇ ਗਵਰਨਰ ਸੀ ਬਡਾਲੂ ਦੱਤ ਦੱਤਾਤਰੇਆ ਉਹ ਵੀ ਹਾਜ਼ਰ ਸੀ ਤੇ ਬਾਕੀ ਜਿਹੜੇ ਅਫਸਰ ਸ਼ਾਹੀ ਹੁੰਦੀ ਹੈ ਉਹਨੇ ਤਾਂ ਆਉਣਾ ਹੀ ਸੀ ਕਿਉਂਕਿ ਦੋ ਅਹੁਦੇ ਹੁੰਦੇ ਨੇ ਪੰਜਾਬ ਦੇ ਗਵਰਨਰ ਕੋਲ ਚੰਡੀਗੜ੍ਹ ਦਾ ਐਡਮਿਨਿਸਟ੍ਰੇਟਰ ਵੀ ਹੁੰਦਾ ਹਰਿਆਣਾ ਦੇ ਗਵਰਨਰ ਨਾਲ ਮੁਲਾਕਾਤ ਹੋ ਰਹੀ ਹੈ ਇਹ ਭਗਵੰਤ ਮਾਨ ਨਾਲ ਜੱਫੀ ਪੈ ਰਹੀ ਹੈ ਦੇਖੋ ਤੁਸੀਂ ਤੋ ਇਹ ਹੁਣ ਜੱਫੀ ਕਿੰਨਾ ਚਿਰ ਬਰਕਰਾਰ ਰਹਿੰਦੀ ਹੈ ਇਹ ਦੇਖਣ ਵਾਲੀ ਗੱਲ ਹੈ ਪਰ ਜੇ ਰਹੇ ਤਾਂ ਚੰਗੀ ਗੱਲ ਹੈ ਚਾਹੀਦਾ ਤਾਂ ਇਹ ਹੈ ਕਿ ਗਵਰਨਰ ਤੇ ਮੁੱਖ ਮੰਤਰੀ ਦੋਨਾਂ ਦੇ ਆਪਦਾ ਆਪਦਾ ਏਰੀਆ ਵੰਡਿਆ ਹੋਇਆ ਤੇ ਉਹ ਸੰਵਿਧਾਨਕ ਤੌਰ ਤੇ ਜੋ ਚੁਣੀ ਹੋਈ ਸਰਕਾਰ ਕਹਿੰਦੀ ਹੈ ਉਹਨੂੰ ਪਾਸ ਕਰੇ ਤੇ ਅਨਸੈਸਰੀ ਅੜਿੱਕੇ ਨਾ ਡਾਹੇ ਜਿਵੇਂ ਕਈ ਥਾਵਾਂ ਤੇ ਬਨਵਾਰੀ ਲਾਲ ਪੁਰੋਹਿਤ ਕਰਦੇ ਨਜ਼ਰ ਆਉਂਦੇ ਸੀ ਤਾਂ ਬਹੁਤ ਵਧੀਆ ਚੱਲੂਗਾ ਖੈਰ ਗੁਲਾਬ ਚੰਦ ਕਟਾਰੀਆ ਪੰਜਾਬ ਦੇ 37ਵੇਂ ਗਵਰਨਰ ਬਣ ਚੁੱਕੇ ਨੇ ਆਪਾਂ ਭਰੀਏ ਅੱਗੇ ਮਾੜੀ ਖਬਰ ਹੈ ਪਤਾ ਨਹੀਂ ਲੱਗਦਾ ਇਹ ਨੇਚਰ ਹੈ ਕੁਦਰਤ ਹੈ ਤੇ ਕੁਦਰਤ ਨਾਲ ਅਸੀਂ ਛੇੜਛਾੜ ਕਰਦੇ ਹਾਂ ਜਿੰਨੀ ਛੇੜਛਾੜ ਕਰਾਂਗੇ ਕੁਦਰਤ ਆਪਦੇ ਰੰਗ ਦਿਖਾਊਗੀ ਪੰਜਾਬ 'ਚ ਵੀ ਰੰਗ ਦਿਖਾਏ ਨੇ ਹੁਣ ਤੱਕ ਦੇਖੋ ਪੰਜਾਬ 'ਚ ਪਿਛਲੇ 3 ਸਾਲਾਂ 'ਚੋਂ ਸਭ ਤੋਂ ਘੱਟ 20 ਜੁਲਾਈ 'ਚ ਜਿਹੜਾ ਪਿਆ 3 ਸਾਲਾਂ 'ਚ ਪਿਆ ਅੱਜ ਤਾਂ ਫਿਰ ਵੀ ਕਈ ਥਾਵਾਂ ਤੇ ਮੀਂਹ ਪੈ ਰਿਹਾ ਲੇਕਿਨ ਵੀ ਘੱਟ ਪਿਆ ਸੋਕੇ ਵਰਗੀ ਪੋਜੀਸ਼ਨ ਬਣਾਤੀ ਪਰ ਹੁਣ ਇਹ ਨਹੀਂ ਕਿਉਂਕਿ ਗਰਮੀ ਹੋ ਗਈ ਹੁੰਮਸ ਹੋ ਜਾਂਦੀ ਹੈ ਥੋੜ੍ਹਾ ਜਿਹਾ ਮੀਂਹ ਪੈ ਕੇ ਜਦੋਂ ਹਟ ਜਾਂਦਾ ਇਹ ਤਾਂ ਪੰਜਾਬ 'ਚ ਚੱਲਦਾ ਹੈ ਲੇਕਿਨ ਜਦੋਂ ਆਪਾਂ ਦੇਖਦੇ ਹਾਂ ਵਾਇਨਾਡ ਜਦੋਂ ਸ਼ਿਮਲਾ ਦੇਖਦੇ ਹਾਂ ਜਾਂ ਹੋਰ ਹਿੱਸੇ ਦੇਖਦੇ ਹਾਂ ਉੱਥੇ ਤਾਂ ਬੜੀ ਤਬਾਹੀ ਮਚਾਈ ਪਈ ਹੈ ਹੁਣ ਤੁਸੀਂ ਦੇਖੋ ਆ ਤਿੰਨ ਜਿਹੜੇ ਦਿੱਲੀ ਦੇ ਵਿੱਚ 3 ਮਿੰਟ ਦੇ ਵਿੱਚ 12 ਫੁੱਟ ਪਾਣੀ ਭਰ ਗਿਆ ਸੀ ਉਸ ਉਹਦੇ 'ਚ ਇੰਨਾ ਪਾਣੀ ਬਾਹਰ ਸੜਕ ਤੇ ਸੀ ਖੈਰ ਆਪਾਂ ਵਾਇਨਾਡ ਤੋਂ ਗੱਲ ਸ਼ੁਰੂ ਕਰ ਦਈਏ ਵਾਇਨਾਡ ਕੇਰਲਾ ਦਾ ਉਹ ਹਲਕਾ ਜਿੱਥੇ ਰਾਹੁਲ ਗਾਂਧੀ ਜਿੱਤਿਆ ਸੀ ਉੱਥੇ ਲੈਂਡ ਸਲਾਈਡ 4 ਪਿੰਡਾਂ 'ਚ ਹੋਈ ਹੈ ਤੇ 4 ਘੰਟਿਆਂ 'ਚ 4 ਪਿੰਡਾਂ 'ਚ ਲੈਂਡ ਸਲਾਈਡ ਔਰ ਹੁਣ ਮੌਤਾਂ ਦੀ ਮੈਂ ਕੱਲ੍ਹ ਵੀ ਕਿਹਾ ਸੀ ਮੌਤਾਂ ਵੱਧ ਸਕਦੀਆਂ ਹਾਲੇ ਵੀ ਵੱਧ ਸਕਦੀਆਂ ਨੇ 259 ਮੌਤਾਂ ਦੀ ਖਬਰ ਹੈ ਮੌਤ ਤਾਂ ਪਤਾ ਕਿਵੇਂ ਲੱਗਦਾ ਜਿਹਨਾਂ ਦੀ ਡੈਡ ਬੋਡੀ ਮਿਲ ਜਾਂਦੀ ਹੈ ਜਿਹੜਾ 19 'ਚ ਆਇਆ ਸੀ ਉਹਦੇ 5 ਹਾਲ ਤੱਕ ਦੀ ਡੈਡ ਬੋਡੀ ਮਿਲੀ ਹੈ ਉਹ ਮਿੱਟੀ ਜੀ ਦੱਬੇ ਦੱਬੇ ਗਈ ਆ 240 ਲਾਪਤਾ ਨੇ ਜਿਹੜਾ ਲਾਪਤਾ ਨੇ ਜਿੰਨਾ ਚਿਰ ਨਹੀਂ ਮਿਲਦੇ ਓਨਾ ਚਿਰ ਲਾਪਤਾ ਕਹਾਂਗੇ ਤੇ 130 ਹਸਪਤਾਲਾਂ 'ਚ ਪਏ ਨੇ ਇਸ ਤਰ੍ਹਾਂ ਦੇ ਉੱਥੇ ਹਾਲਾਤ ਨੇ ਤੇ ਪੁਲ ਸੜਕਾਂ ਗੱਡੀਆਂ ਮਤਲਬ 3-4 ਹਜ਼ਾਰ ਲੋਕ ਤਾਂ ਜਿਹੜੇ ਰਾਹਤ ਕੈਂਪਾਂ 'ਚ ਨੇ ਇਸ ਕਿਸਮ ਦੀ ਗੱਲ ਹੈ ਔਰ ਕਮਾਲ ਇਹ ਹੈ ਸਾਡੀ ਸਿਆਸਤ ਦੀ ਕਿ ਇਸ ਹਾਲਾਤ 'ਚ ਜਦੋਂ ਲੋਕ ਮਰ ਰਹੇ ਨੇ ਡੁੱਬ ਰਹੇ ਨੇ ਫਸੇ ਹੋਏ ਨੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਕਹਿੰਦੇ ਅਸੀਂ ਤਾਂ ਕੇਰਲ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਇਹ 1 ਹਫ਼ਤਾ ਪਹਿਲਾਂ ਦੱਸਤਾ ਸੀ ਵੀ ਇੱਥੇ ਭਾਰੀ ਮੀਂਹ ਪੈਣਾ ਬਚ ਕੇ ਰਹੋ ਤੇ ਨਹੀਂ ਅਲਰਟ ਕਰਤਾ ਸੀ ਤੇ 23-24 ਜੁਲਾਈ ਨੂੰ ਚੇਤਾਵਨੀ ਦੇ ਦਿੱਤੀ ਸੀ ਹੁਣ ਇਹ ਰੌਲਾ ਹੈ ਜਿਹੜਾ ਤੇ CM ਪਿੰਡਰਾਈ ਸਾਹਿਬ ਕਹਿੰਦੇ ਜੀ ਬਿਲਕੁਲ ਝੂਠ ਬੋਲਦੇ ਨੇ ਇਹ ਦੋਸ਼ ਲਾਉਣ ਦਾ ਵੈਸੇ ਟਾਈਮ ਨਹੀਂ ਇੱਕ ਦੂਜੇ ਤੇ ਇਹਨਾਂ ਨੇ ਕੋਈ ਸਾਨੂੰ ਨੇ ਦੱਸਿਆ ਇਹਨਾਂ ਨੇ 29 ਜੁਲਾਈ ਨੂੰ 1 ਵਜੇ ਸਾਨੂੰ ਅਲਰਟ ਕੀਤਾ ਜੋ ਵੀ ਹੋਇਆ ਇਹ ਮੌਕਾ ਨਹੀਂ ਹੈ CM ਕੇਰਲਾ ਬਿਲਕੁਲ ਠੀਕ ਕਹਿ ਰਹੇ ਨੇ ਲੇਕਿਨ ਦੂਜੇ ਪਾਸੇ ਇਕੱਲੇ ਹੀ ਨਹੀਂ ਹੁਣ ਅੱਜ ਸਵੇਰੇ ਸਵੇਰੇ ਆਪਣੇ ਕੁੱਲੂ ਤੋਂ ਆ ਗਈ ਖਬਰ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਬੱਦਲ ਫਟਣ ਲੱਗ ਗਏ ਨੇ ਆਏ ਸਾਲ ਹੀ ਹੁੰਦਾ ਅੱਜ ਵੈਸੇ ਜਿਹੜੀ ਮੈਂ ਦੇਖ ਰਿਹਾ ਸੀ ਬਿਲਡਿੰਗ ਕਮਾਲ ਪਤੇ ਨੇਚਰ ਦਾ ਲੱਗਦਾ ਕਿ ਐਡੀ ਵੱਡੀ ਬਿਲਡਿੰਗ ਹਾਲਾਂਕਿ ਖਾਲੀ ਕਰਾਤੀ ਸੀ ਫਿਰ ਵੀ 7 ਬੰਦਿਆਂ ਦਾ ਨਹੀਂ ਪਤਾ ਲੱਗ ਰਿਹਾ ਤੇ ਉਹ ਬਿਲਡਿੰਗ ਬੱਦਲ ਦਾ ਪਾਣੀ ਜਿਹੜਾ ਫਟਣ ਤੋਂ ਬਾਅਦ ਇੰਨੇ ਤੇਜ਼ੀ ਨਾਲ ਆਇਆ ਸਬਜ਼ੀ ਮੰਡੀ ਦੀ ਬਿਲਡਿੰਗ ਸੀ ਬੁਰੀ ਤਰੀਕੇ ਨਾਲ ਉਹ ਰੁੜ ਗਈ ਉਹਦੇ 'ਚ ਕੇਦਾਰਨਾਥ 'ਚ ਵੀ ਇਹ ਹੋਇਆ ਉੱਥੇ ਵੀ ਬੱਦਲ ਫਟ ਕੇ ਲਖਨਊ ਦੇ ਵਿੱਚ ਤਾਂ ਹਾਲ ਇਹ ਹੈ ਕਿ ਪਾਣੀ
ਵਿਧਾਨ ਸਭਾ ਚ ਬਣਿਆ ਹੋਇਆ ਤੇ ਦਿੱਲੀ ਦਾ ਪਰ ਪਤਾ ਹੀ ਹੈ ਵੀ ਕੀ ਕੁਛ ਆ ਰਿਹਾ। ਦਿੱਲੀ ਦਾ ਤਾਂ ਹਾਲ ਹੋਰ ਵੀ ਬੁਰਾ ਹੋ ਗਿਆ, ਕੱਲ ਫਿਰ ਮੀਂਹ ਪੈ ਗਿਆ, ਉੱਥੇ ਸਕੂਲ ਵੀ ਬੰਦ ਕਰਤੇ। ਜਿਹੜੀ ਸਾਰੇ ਕਿਤੇ ਨੇਚਰ ਜਿਹੜਾ ਹੈ, ਇਸ ਕਰਕੇ ਆਪਾਂ ਬੱਦਲ ਫਟਣ ਨਾਲ ਜਾਂ ਜਿਹੜੇ ਲੈਂਡ ਸਲਾਈਡਿੰਗ ਹੁੰਦੀ ਹੈ ਉਹ ਚ ਸਾਡਾ ਰੋਲ ਵੀ ਹੈ, ਲੋਕਾਂ ਦਾ ਰੋਲ ਵੀ ਹੈ, ਕਿਉਂਕਿ ਜਿਸ ਤਰੀਕੇ ਨਾਲ ਅਸੀਂ ਪਹਾੜਾਂ ਨੂੰ ਕੱਟਦੇ ਹਾਂ ਨਾ, ਉਹ ਵੀ ਜਿਹੜਾ ਪਹਾੜ ਫਿਰ ਖਿਸਕਦੇ ਨੇ ਤੇ ਨੁਕਸਾਨ ਹੁੰਦਾ, ਢਿੱਗਾਂ ਡਿੱਗਦੀਆਂ ਨੇ। ਖੈਰ ਹੁਣ ਆਪਾਂ ਅਗਲੀ ਖਬਰ ਤੁਹਾਨੂੰ ਵਧੀਏ। ਅਗਲੀ ਖਬਰ ਅਨੁਰਾਗ ਠਾਕੁਰ, ਅਨੁਰਾਗ ਠਾਕੁਰ ਨੂੰ ਜਿਸ ਤਰੀਕੇ ਨਾਲ ਮੋਦੀ ਸਾਹਿਬ ਨੇ ਸ਼ਾਬਾਸ਼ ਦਿੱਤੀ ਹੈ, ਲੱਗਦਾ ਕਿ ਉਹਨਾਂ ਨੂੰ ਮੰਤਰੀ ਨਹੀਂ ਜੇ ਬਣਾਇਆ ਤਾਂ ਕੁਛ ਹੋਰ ਬਣਾਉਣਗੇ, ਕਿਉਂਕਿ ਉਹ ਉਹਨਾਂ ਦੇ ਮੁਤਾਬਕ ਜਿਹੜਾ ਪ੍ਰਧਾਨ ਮੰਤਰੀ ਮੋਦੀ ਹੈ ਉਹਨਾਂ ਦਾ ਅੱਜ ਦੀ ਘੜੀ ਸਭ ਤੋਂ ਜਿਹੜਾ ਸਿਆਸੀ ਦੁਸ਼ਮਣ ਵੱਡਾ ਹੈ ਉਹ ਰਾਹੁਲ ਗਾਂਧੀ ਹੈ। ਇੱਕ ਟਾਈਮ ਐਸਾ ਸੀ ਅਸੀਂ ਕਹਿੰਦੇ ਸੀ ਰਾਹੁਲ ਗਾਂਧੀ ਮੋਦੀ ਸਾਹਿਬ ਦਾ ਭਾਸ਼ਣ ਚ ਮੁਕਾਬਲਾ ਨਹੀਂ ਕਰ ਸਕਦਾ, ਪਰ ਇੱਕ ਦੋ ਐਸੇ ਭਾਸ਼ਣ ਰਾਹੁਲ ਗਾਂਧੀ ਨੇ ਦਿੱਤੇ ਕਿ ਆਪਦੀ ਤਾਂ ਬੱਲੇ ਬੱਲੇ ਕਰਾਤੀ ਤੇ ਜਿਹੜਾ ਹੈ ਉਹਨਾਂ ਦਾ ਸੱਚਮੁੱਚ ਹੀ ਆਤਮ ਵਿਸ਼ਵਾਸ ਡੋਲ ਗਿਆ ਜਿਹੜਾ ਆਪਣੇ ਨਰਿੰਦਰ ਮੋਦੀ ਸਾਹਿਬ ਦਾ। ਮੋਦੀ ਸਾਹਿਬ ਦਾ ਇੱਥੋਂ ਵੀ ਪਤਾ ਲੱਗਦਾ ਕਿ ਉਹ ਇੰਨੇ ਭਾਵੁਕ ਹੋ ਕੇ ਬੋਲੇ ਕਿ ਮੈਨੂੰ 2.5 ਘੰਟੇ ਬੋਲਣ ਨਹੀਂ ਦਿੱਤਾ ਇਹਨਾਂ ਨੇ, ਕਿਉਂਕਿ ਮੋਦੀ ਸਾਹਿਬ ਨੂੰ ਆਦਤ ਨਹੀਂ ਹੈ ਕਿਸੇ ਇਸ ਤਰ੍ਹਾਂ ਦੀਆਂ ਗੱਲਾਂ ਦੀ। ਉਹ ਤਾਂ ਮੋਦੀ 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 ਸੁਣਨਾ ਚਾਹੁੰਦੇ ਹੁੰਦੇ ਨੇ, ਤੇ ਉਹਨਾਂ ਨੂੰ ਕੋਈ ਸਵਾਲ ਕਰੇ ਇਹ ਨਹੀਂ ਉਹਨਾਂ ਨੂੰ ਚੰਗਾ ਲੱਗਦਾ, ਉਹਨਾਂ ਦਾ ਕੋਈ ਵਿਰੋਧ ਕਰੇ ਚੰਗਾ ਨਹੀਂ ਲੱਗਦਾ, ਇਹ ਆਦਤ ਬਣ ਜਾਂਦੀ ਹੈ ਬੰਦਿਆਂ ਦੇ, ਬਹੁਤ ਸਾਰੇ ਹੁੰਦੇ ਨੇ। ਤੋ ਇਸੇ ਕਰਕੇ ਤੁਸੀਂ ਹਾਲ ਤੱਕ ਦੇਖੋ ਕਦੇ ਕਿਸੇ ਮੋਦੀ ਸਾਹਿਬ ਨੇ ਕੋਈ ਪ੍ਰੈਸ ਕਾਨਫਰੰਸ ਕੀਤੀ, ਕਰਨੀ ਚਾਹੀਦੀ ਹੁੰਦੀ ਹੈ, ਸਵਾਲਾਂ ਦੇ ਜਵਾਬ ਨਹੀਂ ਦਿੰਦੇ, ਮਨ ਕੀ ਬਾਤ ਕਰਦੇ ਨੇ। ਤੇ ਖੈਰ ਉਹ ਅਨੁਰਾਗ ਠਾਕੁਰ ਉਹਨਾਂ ਨੇ ਮੁੰਡਾ ਲੱਭ ਲਿਆ, ਪਹਿਲਾਂ ਤਾਂ ਮੰਤਰੀ ਵੀ ਬਣਾਇਆ ਸੀ, ਤੇ ਪਹਿਲਾਂ ਜਦੋਂ ਉਹਨੇ ਦਿੱਲੀ ਦੇ ਵਿੱਚ ਗਾਲ ਕੱਢੀ ਸੀ ਦੇਸ਼ ਕੇ ਗਦਾਰੋਂ ਕੋ, ਤੇ ਉਦੋਂ ਮੰਤਰੀ ਬਣਾਤਾ ਸੀ, ਹੁਣ ਪਤਾ ਨੀ ਕੀ ਬਣਾਓਗੇ। ਕੱਲ ਜੋ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਤੇ ਅਟੈਕ ਕੀਤਾ ਹੈ ਲੋਕ ਸਭਾ ਦੇ ਵਿੱਚ, ਕਿ ਜਿਨ ਕੀ ਜਾਤ ਕਾ ਪਤਾ ਨਹੀਂ ਤੇ ਉਹ ਜਾਤ ਗਣਨਾ ਕੀ ਬਾਤ ਕਰ ਰਿਹਾ, ਇਹ ਰਾਹੁਲ ਗਾਂਧੀ ਤੇ ਅਟੈਕ ਸੀ, ਰੌਲਾ ਪੈਣਾ ਸੀ ਪੈ ਗਿਆ, ਕਾਫੀ ਰੌਲਾ ਪਿਆ। ਔਰ ਜਿਹੜਾ ਹੈ ਅਖਿਲੇਸ਼ ਯਾਦਵ ਹੱਕ ਚ ਬੋਲਿਆ, ਅਖਿਲੇਸ਼ ਯਾਦਵ ਨਾਲ ਵੀ ਹੋਈ ਕਿ ਉਹ ਕਹਿੰਦੇ ਵੀ ਤੂੰ ਕਿਵੇਂ ਜਾਤ ਤੱਕ ਕਿਵੇਂ ਪੁੱਛ ਸਕਦਾ। ਸੋ ਇਹ ਸਾਰੀ ਗੱਲਬਾਤ ਇਹ ਪਰਸੋਂ ਦੀ ਗੱਲ ਹੈ, ਕੱਲ ਵੀ ਰੌਲਾ ਇਹ ਤੇ ਪੈਂਦਾ ਰਿਹਾ, ਔਰ ਕਾਂਗਰਸੀ ਕੱਲ ਹੰਗਾਮਾ ਕਰਦੇ ਰਹੇ ਤੇ ਉਹਦੇ ਵਿੱਚ ਹੀ ਜਦੋਂ ਵਿਰੋਧੀ ਧਿਰ ਦੇ ਨਾਅਰੇਬਾਜ਼ੀ ਚੱਲਦੀ ਸੀ ਸਪੀਕਰ ਨੂੰ ਮੁਲਤਵੀ ਵੀ ਕਰ ਲਈ ਗਈ ਕਾਰਵਾਈ। ਤੇ ਅੱਜ ਕੱਲ ਚਰਨਜੀਤ ਸਿੰਘ ਚੰਨੀ ਸਾਹਿਬ ਚਾਹੇ 111 ਦੇ ਮੁੱਖ ਮੰਤਰੀ ਸੀ, ਉਹਨੂੰ ਸਾਬਕਾ ਮੁੱਖ ਮੰਤਰੀ ਤਾਂ ਕਹਿਣਾ ਪੈਂਦਾ ਮੀਡੀਆ ਨੂੰ, ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਲੋਕ ਸਭਾ ਦੇ ਜਿਹੜੇ ਜਨਰਲ ਸਕੱਤਰ ਨੂੰ ਸ਼ਿਕਾਇਤ ਵੀ ਦਿੱਤੀ ਤੇ ਸਪੀਕਰ ਨੂੰ ਵੀ ਕਿਹਾ ਕਿ ਮੋਦੀ ਸਾਹਿਬ ਖਿਲਾਫ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦਾ ਮਤਾ ਲੈ ਕੇ ਆਉਣਾ ਸੀ। ਹੁਣ ਮਤਾ ਦਾ ਕੀ ਹੋਣਾ ਇਹ ਨਹੀਂ, ਪਰ ਉਹਨਾਂ ਨੇ ਆਪਣੀ ਹਾਜ਼ਰੀ ਵੀ ਲਵਾਈ, ਉਹਨਾਂ ਨੇ ਮੋਦੀ ਸਾਹਿਬ ਨੂੰ ਵੀ ਐਕਸਪੋਜ਼ ਕੀਤਾ ਕਿ ਮੋਦੀ ਸਾਹਿਬ ਨੇ ਅਨੁਰਾਗ ਠਾਕੁਰ ਦੀ ਇਸ ਟਿੱਪਣੀ ਦਾ ਸਾਰਾ ਭਾਸ਼ਣ ਸਮੇਤ ਟਿੱਪਣੀ ਟਵੀਟ ਕੀਤਾ ਤੇ ਕਿਹਾ ਇਹਨੂੰ ਸੁਣਨਾ ਚਾਹੀਦਾ। ਤੇ ਹੁਣ ਇੱਕ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਤੇ ਇਹ ਫਿਰ ਗਲਤਾਂ ਸਾਡੇ ਦੇਸ਼ ਦੇ ਵਿੱਚ ਫਿਰ ਪਤਾ ਲੱਗਦਾ ਵੀ ਅਸੀਂ ਕਿਸ ਪਾਸੇ ਨੂੰ ਸਿਆਸਤ ਲੈ ਕੇ ਚੱਲੇ ਹਾਂ। ਅਸਲ ਦੇ ਵਿੱਚ ਇਹਨਾਂ ਦਿਨਾਂ 'ਚ ਦੇਖਣ ਨੂੰ ਮਿਲਿਆ ਕਿ ਰਾਹੁਲ ਗਾਂਧੀ ਜਿਹੜੇ ਉਹਨਾਂ ਦਾ ਅੱਧਾ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹਥਿਆਰ ਸੀ ਉਸੇ ਹਥਿਆਰ ਨਾਲ ਅਟੈਕ ਕਰਨ ਲੱਗ ਗਏ, ਜਿਹਦੇ 'ਚ ਹਿੰਦੂਇਜ਼ਮ, ਸ਼ਿਵ ਜੀ ਦੀ ਬਰਾਤ, ਬਾਬਾ ਨਾਨਕ ਜਾਂ ਮਹਾਭਾਰਤ, ਉਹਦੀ ਐਗਜਾਂਪਲ ਦੇ ਕੇ ਆਪਣੇ ਆਪ ਨੂੰ ਅਰਜਨ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਮੈਨੂੰ ਗਾਲਾਂ ਕੱਢਿਆ ਨੇ, ਜਿਹੜੇ ਦਲਿਤ ਨੇ ਜਿਹੜੇ ਆਦਿਵਾਸੀ ਨੇ
ਉਹਨਾਂ ਦੀ ਜਿਹੜਾ ਗੱਲ ਕਰੂੰ ਇੱਥੇ ਗਾਲਾਂ ਪੈਣਗੀਆਂ ਹੀ ਹੁਣ ਜਿਹੜੀ ਉਹਨਾਂ ਦੀ ਵੋਟ ਪਹਿਲਾਂ ਵੀ 20 ਸੀਟਾਂ ਪਹਿਲਾਂ ਨਾਲ ਫਰਕ ਪਿਆ ਜਿਹੜੇ ਰਿਜ਼ਰਵੇਸ਼ਨ ਚ ਕਾਂਗਰਸ ਨੂੰ ਮਿਲੀਆਂ ਨੇ। ਖੈਰ ਇਹ ਉੱਥੇ ਕੱਲ ਲੋਕ ਸਭਾ ਚ ਹੋਈ। ਚਰਨਜੀਤ ਚੰਨੀ ਦਾ ਮਤਾ ਆਵੇ ਨਾ ਆਵੇ, ਚਰਨਜੀਤ ਚੰਨੀ ਨੇ ਆਪਣੀ ਗੱਲ ਫੇਰ ਕਾਂਗਰਸ ਚ ਬਣਾਈ। ਹੁਣ ਆ ਜੋ ਗੱਲ ਅਗਲੀ ਕਰੀਏ ਹਾਈਕੋਰਟ ਦੀ, ਇੱਕ ਦੋ ਖਬਰਾਂ ਨੇ। ਪਹਿਲੀ ਖਬਰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਉਹਦੇ ਵਿੱਚ ਜਿਹੜੀ ਪਹੁੰਚੀ ਸੀ NHAI ਜਿਹੜੀ ਹੈ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ, ਇਹ ਪਹੁੰਚ ਗਈ ਸੀ ਹਾਈਕੋਰਟ ਦੇ ਵਿੱਚ। ਸਾਨੂੰ ਘਾਟਾ ਪੈ ਰਿਹਾ, ਲਾਡੋਵਾਲਾ ਜਿਹੜਾ ਟੋਲ ਪਲਾਜ਼ਾ ਹੈ ਕਿਸਾਨਾਂ ਨੇ ਬੰਦ ਕੀਤਾ, ਇਹਨੂੰ ਖੁਲਾਓ। ਹਾਈਕੋਰਟ ਨੇ ਹੁਕਮ ਦਿੱਤਾ ਵੀ ਖੁਲਾਓ, ਤੇ ਕਿਵੇਂ ਖੁਲਾਈਏ? ਫਿਰ ਪੁਲਿਸ ਦੀ, ਹਾਈਕੋਰਟ ਦਾ ਹੁਕਮ ਤਾਂ ਮੰਨਣਾ ਪੈਣਾ, ਨਹੀਂ ਤਾਂ ਕੰਟੈਂਪਟ ਆਫ ਕੋਰਟ ਹੁੰਦੀ ਹੈ। ਤੇ ਫਿਰ ਉਹਨਾਂ ਨੇ ਜਿਹੜਾ ਕੁਛ ਕਿਸਾਨ ਫੜੇ, ਕਿਸਾਨ ਨੂੰ ਘਰੋਂ ਨੀ ਨਿਕਲ ਦਿੱਤਾ। ਕੱਲ ਕਿਸਾਨਾਂ ਨੇ ਇਕੱਠ ਕਰਨ ਦੀ ਗੱਲ ਕੀਤੀ ਸੀ, ਜੋ ਖੁਲਾਉਣ ਦੀ ਸੀ, ਜਿਹੜੀ ਖੁਲਾਤਾ, ਕਿਸ ਨੂੰ ਫੜ ਲਿਆ, ਕਿਸ ਨੂੰ ਫਿਰ ਸ਼ਾਮ ਨੂੰ ਛੱਡਤਾ। ਇਸ ਤਰੀਕੇ ਨਾਲ ਕਿਸਾਨਾਂ ਦੀ ਚੱਲਣ ਨਹੀਂ ਦਿੱਤੀ ਕੱਲ, ਨਾ ਕੋਈ ਉਹਨਾਂ ਦੀ ਮੰਗ ਮੰਨੀ ਗਈ, ਤੇ ਜਿਹੜੇ ਬੰਦੇ ਛੱਡੇ ਸੀ ਸ਼ਾਮ ਨੂੰ, ਫੜੇ ਸੀ ਸ਼ਾਮ ਨੂੰ ਛੱਡਤੇ। ਤੇ ਹੁਣ ਇਹ ਖੁੱਲ ਗਿਆ, 45 ਦਿਨਾਂ ਬਾਅਦ ਖੁੱਲਿਆ। 16 ਜੂਨ ਨੂੰ ਧਰਨਾ ਲੱਗਿਆ ਸੀ ਤੇ ਕੋਰਟ ਨੇ 23 ਜੁਲਾਈ ਨੂੰ ਆਰਡਰ ਦਿੱਤਾ ਸੀ ਵੀ ਇਹਨੂੰ ਖੁਲਾਓ। ਹੁਣ ਖੁੱਲ ਗਿਆ, ਬਣਾਓ ਭਾਈ ਆਪਦੇ ਫਾਸਟ ਟੈਗ ਦੁਬਾਰਾ ਬਣਾਓ, ਗੱਡੀਆਂ ਦੇ ਪਾਸ ਦੁਬਾਰਾ ਬਣਾਓ, ਇਹ ਸਾਰਾ ਕੁਛ। ਹੋਰ ਕਈ ਥਾਵਾਂ ਤੇ ਧੱਕਾ ਰਿਹਾ ਤੇ ਜਿਹੜੇ ਹੁਣ ਮੰਨ ਲਓ ਵੀ 5-7 ਪਿੰਡ ਦੂਰੀ ਤੇ ਰਹਿੰਦੇ ਨੇ, ਫਲਾਵਰ ਉਹਨਾਂ ਨੇ ਡੇਲੀ ਜਾਣਾ, ਉਹ ਕੀ ਕਰਨ? ਇੱਥੇ ਕੁਛ ਇਸ ਤਰ੍ਹਾਂ ਦੇ ਹਾਲਾਤ, ਈਵਨ ਲੁਧਿਆਣੇ ਵਾਲੇ ਵੀ ਉਹਨਾਂ ਨੂੰ ਇਹ ਪਾਸ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰੋਵੀਜ਼ਨ ਹੋਣੀ ਚਾਹੀਦੀ ਹੈ। ਜੋ ਵੀ ਹੈ, ਹਾਈਕੋਰਟ ਨੇ ਇੱਕ ਰੋਕ ਲਵਾ ਦਿੱਤਾ। ਦੂਜੀ ਹਾਈਕੋਰਟ ਦੀ ਖਬਰ ਰਾਮ ਰਹੀਮ ਦੀ ਹੈ। ਰਾਮ ਰਹੀਮ ਖਬਰਾਂ 'ਚ ਹੀ ਰਹਿੰਦਾ, ਹੁਣ 2 ਦਿਨ ਹੋ ਗਏ ਰਾਮ ਰਹੀਮ ਦੇ ਚਰਚਾ। ਦੇਖੋ, ਰਾਮ ਰਹੀਮ ਨੇ ਇਹ ਗੱਲ ਤਾਂ ਸਪਸ਼ਟ ਕਰਦੇ, ਮੈਂ ਨਹੀਂ ਮਾਫ਼ੀ ਮੂਫ਼ੀ ਮੰਗਣੀ। ਉਹ ਤਾਂ ਪ੍ਰਦੀਪ ਗਰੇਵ ਕਹਿੰਦਾ ਸਾਡੇ ਗੱਲ ਪੈ ਗਿਆ ਵੀ ਤੁਸੀਂ ਇਹ ਮਾਫ਼ੀ, ਉਹ ਕਹਿੰਦੇ ਜੀ ਇਹ ਤਾਂ ਸੁਖਬੀਰ ਸਿੰਘ ਬਾਦਲ ਨੇ ਲਿਖਾਈ ਹੈ, ਦਲਜੀਤ ਚੀਮਾ ਨੇ ਲਿਖੀ ਹੈ, ਤੋ ਇਹ ਕਹਿੰਦਾ ਮੈਂ ਨਹੀਂ ਮੰਨਣੀ। ਇਹ ਹੁਣ ਕਹਿੰਦਾ ਮੈਨੂੰ ਫਰਲੋ ਦਿਓ, ਤੇ ਫਰਲੋ ਲਈ ਫਿਰ SGPC ਚਲੀ ਗਈ ਸੀ ਇਹਦੇ ਖਿਲਾਫ ਵੀ ਇਹਨੂੰ ਵਾਰ ਵਾਰ ਭਰ ਲਓ। ਦੂਜੇ ਪਾਸੇ ਬੰਦੀ ਸਿੰਘ ਬੈਠੇ ਨੇ, ਉਹਨਾਂ ਨੂੰ ਤੁਸੀਂ ਕੁਛ ਨਹੀਂ ਕਰਦੇ, ਤੇ ਕੋਰਟ ਨੇ ਇਹਦੀ ਪਾਬੰਦੀ ਲਾਤੀ ਸੀ ਵੀ ਕਿੰਨੇ ਵਾਰੀ ਦਿੱਤੀ ਹੈ ਸਾਨੂੰ, ਹਰਿਆਣਾ ਸਰਕਾਰ ਨੂੰ ਕਿਹਾ ਪੂਰਾ ਰਿਪੋਰਟ ਦਿਓ, ਕਿੰਨੇ ਬੰਦਿਆਂ ਨੂੰ ਤੁਸੀਂ ਪੈਰੋਲ ਤੇ ਭੇਜ ਦਿਓ, ਹੁਣ ਤੱਕ ਭੇਜਿਆ। ਉਹ ਸਾਰੇ ਚ ਹਾਈਕੋਰਟ ਨੇ ਕਹਿੰਦੇ ਵੀ ਸਾਡੇ ਪੁੱਛੇ ਬਿਨਾਂ ਤੁਸੀਂ ਨਹੀਂ ਦੇਣੇ। ਇਹ ਫਿਰ ਹਾਈਕੋਰਟ ਚ ਪਾਈ ਸੀ ਪਟੀਸ਼ਨ ਰਾਮ ਰਹੀਮ ਨੇ, ਤੋ ਰਾਮ ਰਹੀਮ ਦੀ ਅਰਜ਼ੀ ਤੇ ਸੁਣਵਾਈ ਜਿਹੜੀ ਹੈ ਉਹ ਹੁਣ ਕਰਕੇ ਕਹਿੰਦੇ ਵੀ 8 ਅਗਸਤ ਨੂੰ ਦੇਖਾਂਗੇ ਹਾਲੇ ਜੀ ਕੋਈ ਫੈਸਲਾ। ਇਹਨੇ 21 ਦਿਨ ਦੀ ਜਿਹੜੀ ਮੰਗੀ ਆ ਫੜ ਲਓ, ਕਹਿੰਦਾ ਮੈਂ ਲੋਕ ਭਲਾਈ ਦੇ ਕੰਮ ਕਰਨੇ ਨੇ, ਬੜੀ ਲੋਕ ਭਲਾਈ ਕੀਤੀਆਂ ਨੇ ਤੇ ਲੋਕ ਭਲਾਈ ਦੇ ਕੰਮ ਕਰ ਰਹੇ ਨੇ, ਇਸ ਕਰਕੇ ਮੈਨੂੰ ਦਿਓ। ਤੇ ਲੇਕਿਨ ਹਾਈਕੋਰਟ ਨੇ ਜਿਹੜੇ 29 ਫਰਵਰੀ ਨੂੰ ਹੁਕਮ ਦਿੱਤੇ ਸੀ ਉਹਦੇ ਮੁਤਾਬਕ ਇਹਨੂੰ ਇਸ ਤਰ੍ਹਾਂ ਨਹੀਂ ਦਿੱਤੀ ਜਾ ਸਕਦੀ। ਹੁਣ ਆ ਜੋ ਗੱਲ ਇੱਕ ਨੈਸ਼ਨਲ ਖਬਰ ਹੋਰ ਹੈ ਕਿ ਮੋਦੀ ਸਾਹਿਬ ਦੇ ਜਦੋਂ ਦਿਨ, ਵੈਸੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਨਾਲ ਵੀ ਤਾਂ ਹੋ ਰਿਹਾ, ਹੁਣ ਜਣਾ ਖਣਾ ਸੁਖਬੀਰ ਸਿੰਘ ਬਾਦਲ ਤੇ ਟਿੱਪਣੀ ਕਰਦਾ ਤੇ ਕਿਉਂਕਿ ਉਹ ਪਾਵਰ 'ਚ ਨਹੀਂ ਹੈ, ਇਸੇ ਟਾਈਮ ਉਹਦੀ ਤੂਤੀ ਬੋਲਦੀ ਸੀ। ਇਹੀ ਤਾਂ ਹੈ, ਬੰਦੇ ਨੂੰ ਪੈਰ ਨਹੀਂ ਛੱਡੇ ਚਾਹੀਦੇ ਹੁੰਦੇ ਜਦੋਂ ਪਾਵਰ 'ਚ ਹੁੰਦਾ। ਖੈਰ ਜਿਹਦੇ ਪੈਰ ਛੱਡੇ ਉਹਨਾਂ ਦਾ ਆਪਾਂ ਦੇਖ ਹੀ ਰਹੇ ਹਾਂ, ਔਖਾ ਤਾਂ ਹੋਏ ਪਏ ਨੇ, ਮੌਕੇ ਤਾਂ ਹੁਣ ਮੋਦੀ ਸਾਹਿਬ ਵੀ ਹੋਏ ਪਏ ਨੇ, ਕਿਉਂਕਿ ਉਹ ਗੱਲ ਤਾਂ ਰਹੀ ਨਹੀਂ ਪੁਰਾਣੀ, ਜੋ ਕੁਛ ਕਹਿਣਗੇ ਮੋਦੀ ਮੋਦੀ ਹੋਊਗੀ। ਖੈਰ ਹੁਣ ਉਹਨਾਂ ਦਾ ਜਿਹੜਾ ਸੜਕਾਂ ਦਾ ਮੰਤਰੀ ਹੈ ਨਿਤਿਨ ਗਡਕਰੀ, ਉਹ ਵੀ ਉਹਨਾਂ ਨਾਲ ਸਹਿਮਤ ਨਹੀਂ ਕਈ ਗੱਲਾਂ ਤੇ। ਇਹ ਵੀ ਬਹੁਤ ਅਹਿਮ ਗੱਲ ਹੈ,
ਇਕੱਲੀ ਇਹ ਨਹੀਂ ਕਿ ਬਜਟ ਜਿਹੜਾ ਹੈ ਜਿਹਨੂੰ ਬਹੁਤ ਵਧੀਆ ਮੋਦੀ ਸਾਹਿਬ ਨੇ ਕਿਹਾ ਹੈ ਉਹਦੇ ਤੇ ਕਿੰਤੂ ਪ੍ਰੰਤੂ ਉਹਦੇ ਤੇ ਅਸਹਿਮਤੀ ਜਿਤਾਈ ਜਾਵੇ। ਲੋਕਾਂ ਨੂੰ ਤਾਂ ਫਾਇਦਾ ਹੈ, ਲੋਕਾਂ 'ਚ ਤਾਂ ਗੱਲ ਜਾਂਦੀ ਹੈ ਨਿਤਿਨ ਗਡਕਰੀ ਦੀ। ਉਹ ਕਹਿੰਦੇ ਜਿਹੜੇ ਮੈਡੀਕਲ ਤੇ ਜਿਹੜੇ ਲਾਈਫ ਇੰਸ਼ੋਰੈਂਸ ਹੈ ਤੇ ਜਿਹੜਾ ਮੈਡੀਕਲ ਦੇ ਇੰਸ਼ੋਰੈਂਸ ਹੈ ਇਹਨਾਂ ਤੇ GST ਤੁਸੀਂ ਲਾਈ ਹੈ, ਇਹ ਗਲਤ ਹੈ। ਇਹ ਗੱਲ ਵੈਸੇ ਮੈਂ ਸਮਝਦਾ ਕਾਫੀ ਹੱਦ ਤੱਕ ਠੀਕ ਕਹੀ ਆ ਉਹਨਾਂ ਨੇ। ਕਹਿੰਦੇ ਵੀ ਇਹ ਤਾਂ ਇਹਦਾ ਮਤਲਬ ਤਾਂ ਇਹ ਹੈ ਜਿਹੜੀ ਤੁਸੀਂ ਇਹ ਲਾਈ ਹੈ ਇਹਦਾ ਮਤਲਬ ਤਾਂ ਇਹ ਕਿ ਤੁਸੀਂ ਜਿਹੜੇ ਜੀਵਨ ਦੀਆਂ ਬੇਯਕੀਨੀਆਂ ਨੇ ਉਹਨਾਂ ਤੇ ਟੈਕਸ ਲਾ ਰਹੇ ਹੋ, ਇਹ ਤਾਂ ਉਹਦੇ ਬਰਾਬਰ ਹੈ, ਇਹ ਠੀਕ ਨਹੀਂ ਹੈ, ਇਹਨੂੰ ਹਟਾਓ। ਵੈਸੇ ਗੱਲ ਹੈ ਉਹਨਾਂ ਨੇ ਠੀਕ ਕੀਤੀ। ਹੁਣ ਤੁਸੀਂ ਦੇਖੋ ਜਿਹੜਾ ਪ੍ਰੀਮੀਅਮ ਜੇ 9500 ਹੈ ਤੇ ਉਹਦੇ ਤੇ 1710 ਰੁਪਏ ਤਾਂ GST ਲੱਗ ਜਾਂਦੀ ਹੈ, ਤੋ ਇਹ 10,000 ਤੇ ਜੇ ਤੁਸੀਂ ਡਿਸਕਾਊਂਟ 500 ਰੁਪਇਆ ਵੀ ਦੇ ਦਿਓ ਤੇ ਫਿਰ ਟੈਕਸੇਬਲ ਬਣ ਗਿਆ 9500। 9500 ਤੋਂ 18% GST, ਉਹ ਬਣ ਗਈ 1710 ਰੁਪਏ, ਤੇ ਹੁਣ ਇਹ ਪ੍ਰੀਮੀਅਮ ਬਣ ਜੂਗਾ 11,210। ਐਡਾ ਧੱਕਾ ਨਾ ਨਾ ਕਰੋ, ਯਾਨੀ ਇਹ ਉਹਨਾਂ ਨੇ ਕਿਹਾ। ਹੁਣ ਇਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਮੋਦੀ ਸਾਹਿਬ ਦੇ ਆਪਣੇ ਜਿਹੜੇ ਮੰਤਰੀ ਨੇ ਮੋਦੀ ਸਾਹਿਬ ਨਾਲ ਸਹਿਮਤ ਨਹੀਂ, ਸਭ ਅੱਛਾ ਉੱਥੇ ਵੀ ਨਹੀਂ ਹੈ। ਇਹ ਜਿਹੜਾ ਨਿਤਿਨ ਗਡਕਰੀ ਹੈ ਇਹਨੂੰ ਮੰਨਦੇ ਨੇ ਕਿ ਇਹ ਹੈਗਾ ਨੇੜੇ RSS ਦੇ। ਖੈਰ ਹੁਣ ਇੱਕ ਦੋ ਜਿਹੜੀਆਂ ਕੁਝ ਖਬਰਾਂ ਸੀ ਅਗਲੇ ਹਿੱਸੇ 'ਚ ਰਹਿਣੀਆਂ ਨੇ, ਉਹਨਾਂ ਦੇ ਸੁਰੱਖੀਆਂ ਥੋੜ੍ਹੀ ਜਿਹੀ ਬਰੀਫ ਜਿਹੀ ਗੱਲ ਸੁਣ ਲਓ। ਜਿਹੜੇ ਬੰਦੇ ਨਹੀਂ ਉਦੋਂ ਆ ਸਕਦੇ 10 ਵਜੇ, ਤੇ ਉਹਨਾਂ ਲਈ ਇਹ ਆਈਡੀਆ ਹੋ ਜਾਂਦਾ। ਸੋਨੀਆ ਗਾਂਧੀ ਨੇ ਕੱਲ ਜਿਹੜੀ ਇਹਨਾਂ ਦੀ ਸੰਸਦੀ ਜਿਹੜੇ ਜਿੰਨੇ ਵੀ ਸੰਸਦ ਨੇ ਉਹਦੀ ਮੀਟਿੰਗ ਕੀਤੀ ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਹੁਣ ਲੋਕ ਸਾਡੇ ਨਾਲ ਨੇ, ਜਿਹਦੀ ਅਹਿਸਾਸ ਹੈ ਕਾਂਗਰਸ ਨੂੰ ਕਿ ਮੋਦੀ ਦੇ ਖਿਲਾਫ ਹੋ ਗਏ ਲੋਕ, ਪਰ ਸਾਨੂੰ ਜ਼ਿਆਦਾ ਓਵਰ ਕੌਨਫੀਡੈਂਸ ਨਹੀਂ ਰੱਖਣਾ ਚਾਹੀਦਾ। ਹਰਿਆਣਾ, ਮਹਾਰਾਸ਼ਟਰ, ਝਾਰਖੰਡ, ਬਿਹਾਰ ਇਹ 'ਚ ਚੋਣਾਂ ਹੋ ਗਈਆਂ ਨੇ ਤੇ ਆਪਾਂ ਕੰਮ ਕਰੀਏ। ਖੈਰ ਹੋਰ ਕੀ ਕਿਹਾ ਇਹਦੀ ਵੀ ਗੱਲ ਕਰਦੇ। ਇੱਕ ਰਾਜ ਸਭਾ ਦੀ ਮੈਂਬਰ ਆ ਰਣਜੀਤ ਰੰਜਨ, ਬਹੁਤ ਵਧੀਆ ਬੋਲਦੀ ਬੀਬੀ ਇਹ, ਤੇ ਕੱਲ ਵੀ ਇਹਨੇ ਮੁੱਦਾ ਵੱਡਾ ਉਠਾਇਆ। ਇਹ ਕਹਿੰਦੇ ਨੇ ਕਿ 24 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੁੰਦਾ ਹੈ, ਉਸ ਦਿਨ ਐਲਾਨ ਕਰੋ ਕਿ ਜਿਹੜਾ ਨਵੀਂ ਦਿੱਲੀ ਰੇਲਵੇ ਸਟੇਸ਼ਨ ਹੈ ਉਹਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਰੱਖਿਆ ਜਾਵੇ। ਇਸ ਤਰ੍ਹਾਂ ਦੀ ਮੰਗ ਕੀਤੀ, ਇਹ ਵੀ ਗੱਲ ਆਪਾਂ ਕਰਦੇ ਹਾਂ। ਗੱਲ ਆਪਾਂ ਇਹ ਵੀ ਕਰਦੇ ਹਾਂ ਕਿ ਕੇਜਰੀਵਾਲ ਸਾਹਿਬ, ਮਨੀਸ਼ ਸਿਸੋਦੀਆ ਅਤੇ ਕੇ ਕਪਤਾ, ਇਹ ਤਿੰਨੇ ਹੀ ਤੁਹਾਨੂੰ ਪਤਾ ਕਿ ਇਹ ਜੇਲ੍ਹ 'ਚ ਨੇ। ਰਾਓਜ਼ ਐਵਨਿਊ ਦੀ ਜਿਹੜੀ ਅਦਾਲਤ ਹੈ ਇਹ ਕਹਿੰਦੇ ਵੀ 9 ਅਗਸਤ ਤੱਕ ਫਿਰ ਤੁਸੀਂ ਰਹੋ, ਫਿਰ ਸੁਣਾਂਗੇ, ਯਾਨੀ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ 'ਚ ਹੀ ਰੱਖਿਆ ਗਿਆ ਹੈ। ਅੰਮ੍ਰਿਤਪਾਲ ਸਿੰਘ ਵੀ ਗਿਆ ਸੀ ਕਿ ਮੇਰੇ NSA ਗਲਤ ਲਾਇਆ ਹੈ, ਗੈਰ ਸੰਵਿਧਾਨਿਕ ਹੈ, ਉਹਦੀ ਵੀ ਉਹਦੇ ਮਾਮਲੇ ਦੇ ਵਿੱਚ ਕੇਂਦਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ ਤੇ ਪੰਜਾਬ ਸਰਕਾਰ ਨੂੰ ਵੀ ਨੋਟਿਸ ਜਾਰੀ ਕੀਤਾ ਹੈ, ਇਹ ਵੀ ਗੱਲ ਕਰਦੇ ਹੈ। UPSC ਦੀਆਂ 2 ਖਬਰਾਂ ਨੇ, ਇੱਕ UPSC ਪੂਜਾ ਖੇਡਕਰ ਜਿਹੜੀ ਬੀਬੀ ਨੇ ਡਰਾਮਾ ਬਹੁਤ ਵੱਡਾ ਕੀਤਾ ਸੀ, ਫਸ ਗਈ, ਜਾਲੀ ਸਰਟੀਫਿਕੇਟ ਆਏ ਸੀ, ਜਾਂਚ ਹੋਈ, ਜਾਲੀ ਨਿਕਲੇ, ਉਹਦੀ ਰੱਦ ਕਰਤੀ ਉਮੀਦਵਾਰੀ। ਤੇ ਦੂਜਾ ਜਿਹੜਾ ਜਿਹਦੇ ਉਹਦੇ ਕਰਕੇ ਜਿਹੜਾ UPSC ਦੇ ਚੇਅਰਮੈਨ ਗਿਆ ਸੀ ਸੋਨੀ, ਉਹਦੀ ਮਨੋਜ ਸੋਨੀ ਉਹਦੀ ਥਾਂ ਤੇ ਹੁਣ ਬੀਬੀ ਪ੍ਰੀਤੀ ਸੂਦਨ ਨੂੰ ਲਾਇਆ, ਇਹ ਵੀ ਗੱਲ ਕਰਦੇ।
ਪਹਿਲੇ ਤਾਂ ਸਕੂਲ ਜਿਹੜਾ ਬੱਚਾ ਹੈ, ਛੋਟਾ ਬੱਚਾ, ਉਹਨੂੰ ਛੋਟਾ ਬੱਚਾ ਸਮਝ ਕੇ ਨਾ ਹੁਣ ਤੁਸੀਂ ਨਾ ਉਹਨੂੰ ਉਹਦੀ ਸਾਇਕੀ ਜ਼ਰੂਰ ਸਮਝੋ। ਹੁਣ ਇੱਕ ਖਬਰ ਹੈ, ਬਿਹਾਰ ਦੇ ਇੱਕ ਸਕੂਲ ਦੀ ਖਬਰ ਹੈ, ਮੈਂ ਡਿਟੇਲ ਚ ਦੱਸੂ ਅਗਲੇ ਹਿੱਸੇ ਚ। 5 ਸਾਲ ਦਾ ਬੱਚਾ, ਨਰਸਰੀ ਕਲਾਸ ਦਾ ਬੱਚਾ ਹੈ, ਉਸ ਬੱਚੇ ਨੇ ਆਪਣੇ ਬਾਪੂ ਦਾ ਪਿਸਤੌਲ ਚੱਕਿਆ। ਉਹਦੀ ਲੜਾਈ ਇੱਕ 3 ਕਲਾਸ ਦੇ ਬੱਚੇ ਨਾਲ ਹੋ ਗਈ ਸੀ ਸਕੂਲ ਚ, ਪ੍ਰੇਅਰ ਤੋਂ ਪਹਿਲਾਂ ਜਾ ਕੇ ਉਹਦੇ ਗੋਲੀ ਮਾਰੀ, ਗੋਲੀ ਉਹਦੇ ਬੱਚਾ ਉਹਦੇ ਗੋਲੀ ਲੱਗੀ ਖੱਬੀ ਬਾਂਹ ਚ, ਬੱਚਾ ਤਾਂ ਬਚ ਗਿਆ। ਲੇਕਿਨ 5ਵੀਂ ਕਲਾਸ ਦਾ ਬੱਚਾ ਤੁਸੀਂ ਪਿਸਤੌਲ ਚ ਲੈ ਕੇ ਜਾ ਰਿਹਾ, ਇਹ ਵੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ। ਤੇ ਵੱਡੀ ਗੱਲ ਤੇ ਹਰ ਰੋਜ਼ ਖਬਰਾਂ ਆਉਂਦੀਆਂ ਨੇ, ਇੱਕ ਪਿਸਤੌਲ ਨਾਲ ਸੁਸਾਈਡ ਕੀਤਾ ਪਟਿਆਲੇ ਦੇ ਲਾਗੇ। ਰੌਲਾ ਕੀ ਸੀ ਕਿ ਕੁੜੀ ਇੰਗਲੈਂਡ ਚਲੀ ਗਈ, ਇਹਨੇ ਪੈਸੇ ਖਰਚੇ ਸੀ, ਉੱਥੇ ਜਾ ਕੇ ਅਫਸਰ ਹੁੰਦਾ ਉਹ ਜਵਾਬ ਦੇ ਗਈ ਕੁੜੀ, ਤੇ ਉਹਨੇ ਆਪਣੇ ਆਪ ਨੂੰ ਖਤਮ ਕਰ ਲਿਆ। ਦੇਖੋ ਅੱਜ ਜੇ ਓਲੰਪਿਕ ਦੇ ਵਿੱਚ ਕੱਲ ਕੋਈ ਮੈਡਲ ਨਹੀਂ ਆਇਆ, ਸਿਰਫ ਇੱਕ ਉਸ ਤੋਂ ਇੱਕ ਦਿਨ ਪਹਿਲਾਂ ਸਰਬਜੋਤ ਸਿੰਘ ਤੇ ਮਨੂ ਭਾਕਰ ਨੇ ਜਿਹੜਾ ਹੈ 10 ਮੀਟਰ ਏਅਰ ਪਿਸਟਲ ਦੇ ਵਿੱਚ ਜਿਹੜਾ ਮਿਕਸਡ ਟੀਮ ਸੀ ਉਹਦੇ ਚ ਜਿੱਤਿਆ ਸੀ ਬ੍ਰੋਂਜ਼ ਮੈਡਲ। ਤੇ ਹਾਲੇ ਦੇਖੋ ਕੀ ਬਣਦਾ ਹੈ। ਅੱਜ ਬੈਲਜੀਅਮ ਨਾਲ ਹਾਕੀ ਦਾ ਮੈਚ ਆਉਣਾ ਹੈ, ਜੋ ਪੈਰਿਸ ਓਲੰਪਿਕ ਦੀ ਆਪਾਂ ਗੱਲ ਕਰੀਏ। ਵੈਸੇ ਚੰਗੀ ਗੱਲ ਕੀਤੀ ਹੈ ਹਰਿਆਣਾ ਸਰਕਾਰ ਨੇ, ਸਰਬਜੋਤ ਸਿੰਘ ਨੂੰ ਜਿਹੜੇ ਅੰਬਾਲਾ ਦੇ ਲਾਗੇ ਪਿੰਡ ਦਾ ਰਹਿਣ ਵਾਲਾ ਹੈ, ਇਸ ਨੂੰ 2.5 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਵੈਸੇ ਇਸ ਤਰ੍ਹਾਂ ਦਾ ਪਿੰਡ ਧੀਂਦ ਹੈ, ਇੱਥੇ ਇੱਕ ਆਮ ਪਰਿਵਾਰ ਚੋਂ, ਸਧਾਰਨ ਪਰਿਵਾਰ ਚੋਂ ਮੁੰਡਾ ਜਿਹੜਾ ਸ਼ੂਟਿੰਗ ਵਰਗੇ ਮੁਕਾਬਲੇ ਚ ਆਵੇ, ਜਿਹੜੀ ਮਹਿੰਗੀ ਖੇਡ ਹੈ ਸੱਚਮੁੱਚ ਹੀ, ਉਹਦੇ ਲਈ ਇਹ ਵੱਡੀ ਗੱਲ ਹੈ। DAV ਚੰਡੀਗੜ੍ਹ ਚ ਪੜ੍ਹ ਰਿਹਾ, ਚਲੋ ਇਹ ਤਾਂ ਸਾਨੂੰ ਹਲੇ ਆਸਾਂ ਨੇ, ਉਮਰ ਦੀ ਹਲੇ ਕਾਫੀ ਪਈ ਹੈ। ਅਗਲੀ ਖਬਰ ਆਪਾਂ ਲਈਏ ਜੋ ਰਣਵੀਰ ਸਿੰਘ ਰਾਜੇਵਾਲ। ਦੇਖੋ ਕਈ ਗੱਲਾਂ ਤਾਂ ਪੋਲੀਟੀਕਲ ਹੁੰਦੀਆਂ ਨੇ, ਪਰ ਇਹ ਗੱਲ ਸਹੀ ਹੈ ਕਿ ਸਾਡੀ ਕੋਆਪਰੇਟਿਵ ਮੂਵਮੈਂਟ ਜਿਹੜੀ ਹੈ, ਸਹਿਕਾਰੀ ਮੂਵਮੈਂਟ ਸੂਬੇ ਦੀ, ਉਹਦੇ ਪਰ ਧਿਆਨ ਨਹੀਂ ਹੈ ਸਰਕਾਰ ਦਾ, ਔਰ ਉਹ ਘਾਟੇ 'ਚ ਚੱਲ ਰਹੇ ਨੇ, ਸਾਰੇ ਅਦਾਰੇ ਘਾਟੇ 'ਚ ਚੱਲ ਰਹੇ ਨੇ। ਜਿਹੜੀ ਸਹਿਕਾਰੀ ਬੈਂਕ ਨੇ, 88 ਬੈਂਕ ਨੇ, 65 ਘਾਟੇ 'ਚ ਚੱਲ ਰਹੇ ਨੇ। 9 ਜਿਹੜੇ ਮਿਲਕ ਪਲਾਂਟ ਨੇ ਉਹ ਪੂਰੀ ਤਰ੍ਹਾਂ ਘਾਟੇ 'ਚ ਚੱਲ ਰਹੇ ਨੇ। ਜਿਹੜੀ ਮਿਲਕ ਪਲਾਂਟ ਵੇਰਕਾ ਅਸੀਂ ਬੜੀ ਗੱਲਾਂ ਕਰਦੇ ਹੁੰਦੇ ਸੀ, ਅਮੂਲ ਬਾਹਰੋਂ ਆ ਕੇ, ਗੁਜਰਾਤ ਤੋਂ ਆ ਕੇ ਸਾਡੇ ਤੇ ਉਹ ਉੱਪਰ ਨਿਕਲ ਰਿਹਾ ਹੈ। ਤੋ ਜਿਹੜੀ ਕੋਆਪਰੇਟਿਵ ਮੂਵਮੈਂਟ ਨੂੰ ਬਚਾਉਣ ਦੀ ਲੋੜ ਹੈ। ਇਹ ਬਲਵੀਰ ਸਿੰਘ ਰਾਜੇਵਾਲ ਨੇ ਜਿਹੜੀ ਗੱਲ ਕੀਤੀ ਹੈ ਕਿ ਸਾਡੇ ਜਿਹੜੇ ਸਾਰੇ ਸਹਿਕਾਰੀ ਅਦਾਰੇ ਡੁੱਬ ਰਹੇ ਨੇ, ਸਰਕਾਰ ਨੂੰ ਕੋਈ ਪ੍ਰਵਾਹ ਨਹੀਂ, ਸਰਕਾਰ ਨੂੰ ਪ੍ਰਵਾਹ ਕਰਨੀ ਚਾਹੀਦੀ ਹੈ, ਇਹ ਬਹੁਤ ਜ਼ਰੂਰੀ ਹੈ, ਕਿਸਾਨੀ ਲਈ ਬਹੁਤ ਜ਼ਰੂਰੀ ਹੈ। ਸਰਕਾਰ ਦੀ ਤਰਜੀਹ ਉਹਨਾਂ ਦੇ ਮੁਤਾਬਕ, ਮਾਨ ਸਾਹਿਬ ਦੇ ਮੁਤਾਬਕ ਸਿੱਖਿਆ ਤੇ ਸਿਹਤ, ਪਰ ਦੋਨਾਂ ਤੇ ਸਵਾਲ ਉੱਠਣੇ ਸ਼ੁਰੂ। ਹੁਣ ਇੱਕ ਨਵਾਂ ਸਵਾਲ ਉੱਠ ਖੜਿਆ, ਜਿਹੜੇ ਐਫੀਲੇਟਡ ਸਕੂਲ ਨੇ ਪੰਜਾਬ ਦੇ, ਉਹਦੇ ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਹੁਕਮ ਜਾਰੀ ਕਰਤਾ ਕਿ ਤੁਹਾਨੂੰ ਵੀ 18% GST ਦੇਣੀ ਪਊਗੀ, ਜਿਹੜੀ ਜੋ ਵੀ ਤੁਸੀਂ ਐਫੀਲੇਸ਼ਨ ਫੀ ਹੈ ਜਾਂ ਕੋਈ ਕਿਸੇ ਕਿਸਮ ਦੀ ਫੀ ਲੈਣੀ ਹੈ, 17-18% ਦਿਓ। ਲੋਕਾਂ ਤੇ ਵਜ਼ਨ ਪਾਓ, ਲੋਕਾਂ ਦਾ ਵਜ਼ਨ ਆਖਰ ਜਿਹੜਾ
ਸਕੂਲਾਂ ਤੇ ਪੈਂਦਾ, ਸਕੂਲ ਲੋਕਾਂ ਤੇ ਪਾ ਦਿੰਦੇ ਨੇ, ਜਿਹੜੀ ਇਹਦੇ ਨਾਲ ਬੇਲੋੜਾ ਵਿੱਤੀ ਬੋਝ ਪਊਗਾ ਲੋਕਾਂ ਤੇ। ਔਰ ਜਥੇਬੰਦੀਆਂ ਕਹਿ ਤਾਂ ਰਹੀਆਂ ਨੇ ਅਸੀਂ ਕਰਾਂਗੀਆਂ, ਜਿਹੜੇ ਹੈ ਐਜੀਟੇਸ਼ਨ, ਦੇਖੋ ਕੀ ਫਰਕ ਪੈਂਦਾ, ਲੇਕਿਨ ਸਰਕਾਰ ਨੇ ਕਰਤਾ। ਮਹਿੰਦਰ ਭਗਤ ਅੱਜ ਕੱਲ੍ਹ ਜਿੱਤ ਤਾਂ ਗਿਆ, ਲਾਰੇ ਵੀ ਮਾਨ ਸਾਹਿਬ ਨੇ ਲਾਏ ਸੀ ਕਿ ਬਸ ਤੁਸੀਂ ਇਹਨੂੰ ਜਿਤਾ ਦਿਓ, ਮੰਤਰੀ ਮੈਂ ਬਣਾਊ। ਹੁਣ ਮੰਤਰੀ ਬਣਾਉਣਾ ਮਾਨ ਸਾਹਿਬ ਦੇ ਹੱਥ 'ਚ ਹੈ, ਇਹ ਤੇ ਵੀ ਸਵਾਲ ਉੱਠਣ ਲੱਗ ਗਏ। ਜੇ ਉਹਨਾਂ ਦੇ ਹੱਥ 'ਚ ਹੁੰਦਾ ਹੁਣ ਉਹ ਮੰਤਰੀ ਬਣਾ ਦਿੰਦੇ, ਮੰਤਰੀ ਤਾਂ ਦਿੱਲੀ ਤੋਂ ਬਣਨਾ ਹੈ, ਇਹ ਤਾਂ ਗੱਲ ਸਮਝ ਆਉਣ ਲੱਗੀ ਹੈ। ਪਰ ਠੀਕ ਹੈ, ਕੋਈ ਗੱਲ ਨੀ, ਊਠ ਦਾ ਬੁੱਲ ਜਿਹੜਾ ਹੈ ਨਾ ਉਹ ਐਂ ਹੁੰਦਾ, ਉਹ ਐਂ ਲੱਗਦਾ ਹੁੰਦਾ ਬੰਦੇ ਨੂੰ ਹੁਣ ਗਿਰਿਆ ਕਿ ਕੱਲ ਗਿਰਿਆ। ਲੇਕਿਨ ਦੂਜੇ ਪਾਸੇ ਰਵਨੀਤ ਬਿੱਟੂ, ਇਹ ਆਖਰ 3 ਵਾਰ ਦਾ MP ਆ, ਪਾਰਟੀ ਛੱਡ ਕੇ ਗਿਆ, ਰਾਜ ਮੰਤਰੀ ਬਣਾਇਆ। ਹੁਣ ਰਾਜ ਮੰਤਰੀ ਜਿਹੜਾ ਰੇਲਵੇ ਦਾ ਤੇ ਫੂਡ ਪ੍ਰੋਸੈਸਿੰਗ ਦਾ ਹੈ, ਉਸ ਨੂੰ 6 ਮਹੀਨੇ ਦੇ ਅੰਦਰ ਅੰਦਰ ਰਾਜ ਸਭਾ ਚ ਭੇਜਣਾ ਪੈਣਾ। ਲੋਕ ਸਭਾ ਵੀ ਤਾਂ ਹਾਰ ਗਿਆ ਸੀ, ਤੇ ਹੁਣ ਰਾਜ ਸਭਾ ਦੀ ਸੀਟ ਜਿਹੜੀ ਹੈ ਉਹ ਹਰਿਆਣਾ ਤੋਂ ਦਿੱਤੀ ਜਾ ਰਹੀ ਹੈ, ਇਹ ਪਤਾ ਲੱਗਿਆ। ਖੈਰ ਆਪਾਂ ਅਗਲੀ ਖਬਰ ਤੁਹਾਨੂੰ ਵਧੀਏ। ਅਗਲੀ ਖਬਰ ਦੇਖੋ, ਜੇ ਆਪਾਂ ਕੋਈ ਸੋਸ਼ਲ ਖਬਰਾਂ ਦੀ ਗੱਲ ਕਰ ਲਈਏ, ਇਸ ਤਰ੍ਹਾਂ ਦੀਆਂ ਖਬਰਾਂ ਮਾੜੀਆਂ ਖਬਰਾਂ ਨੇ, ਲੇਕਿਨ ਤੁਹਾਡੇ ਲਈ ਇਹ ਸਿੱਖਿਆ ਆਲੇ ਦੁਆਲੇ ਰਿਸ਼ਤੇਦਾਰਾਂ ਜਿਹੜੇ ਆਪਣੇ ਗੁਆਂਢੀ ਨੇ ਉਹਨਾਂ ਨੂੰ ਦੱਸਣ ਲਈ। ਪਲਵਿੰਦਰ ਸਿੰਘ ਨੇ ਆਪਣੇ ਆਪ ਨੂੰ ਕੱਲ੍ਹ ਗੋਲੀ ਮਾਰੀ, 25 ਸਾਲ ਦਾ ਮੁੰਡਾ। ਕਿਉਂ ਮਾਰੀ? ਪਟਿਆਲੇ ਦੇ ਵਿੱਚ ਕੁੜੀ ਸੀ ਇੱਕ, ਕੋਮਲਪ੍ਰੀਤ ਕੌਰ, ਉਹਦੇ ਨਾਲ ਉਹਦੇ ਪ੍ਰੇਮ ਸੰਬੰਧ ਸੀ। ਕੁੜੀ ਤੇ ਇਹਨੇ ਖਰਚੇ 12 ਲੱਖ ਰੁਪਏ, ਉਹਨੂੰ ਭੇਜਤਾ ਇੰਗਲੈਂਡ। ਕੁੜੀ ਪਹੁੰਚ ਗਈ ਇੰਗਲੈਂਡ, ਜਾ ਕੇ ਇੰਗਲੈਂਡ ਕੁੜੀ ਬਦਲ ਗਈ, ਫੋਨੋ ਸੋਨਾ ਬੰਦ ਕਰਤਾ, ਉਹਦਾ ਬਿਹੇਵੀਅਰ ਬਦਲ ਗਿਆ। ਫਿਰ ਇੱਕ ਦਿਨ ਕਹਿੰਦੀ ਮੈਂ ਪੈਸੇ ਵੋਟ ਦੂ, ਤੂੰ ਜ਼ਿਆਦਾ ਰੌਲਾ ਨਾ ਪਾ, ਮੈਂ ਨਹੀਂ ਤੇਰਾ ਵਿਆਹ ਕਰਾਉਂਦੀ। ਫਿਰ ਆਪਸ 'ਚ ਤਕਰਾਰ ਹੋਣਾ ਸ਼ੁਰੂ ਹੋ ਗਿਆ, ਤੇ ਕੱਲ੍ਹ ਜਦੋਂ ਤਕਰਾਰ ਹੋਇਆ, ਮੁੰਡੇ ਨੇ ਗੁੱਸੇ 'ਚ ਆ ਕੇ ਗੋਲੀ ਮਾਰ ਲਈ ਖੁਦ ਨੂੰ, ਤੇ ਮੌਤ ਹੋ ਗਈ ਉਸਦੀ। ਹੁਣ ਕੇਸ ਹੋ ਜਾਏ, ਜੋ ਮਰਜ਼ੀ ਹੋ ਜਾਏ, ਗਲਤ ਆ। ਮੁੰਡਾ 25 ਸਾਲ ਦਾ ਪੜਿਆ ਪੜਾਇਆ ਮੁੰਡਾ ਮਾਪਿਆਂ ਦਾ ਘਰੋਂ ਚਲਿਆ ਗਿਆ। ਇਹ ਕੀ ਅਸੀਂ ਇਸ ਤਰ੍ਹਾਂ ਦੀ ਕੋਈ ਸਿੱਖਿਆ? ਤਾਂ ਹੀ ਕਹਿੰਦੇ ਨਾ, ਇੱਕ ਉਮਰ ਹੁੰਦੀ ਹੈ ਜਦੋਂ ਬੱਚਿਆਂ ਨੂੰ ਦੋਸਤਾਂ ਵਾਂਗ ਟ੍ਰੀਟ ਕਰਨਾ ਚਾਹੀਦਾ, ਤੇ ਉਹ ਗੱਲ ਸ਼ੇਅਰ ਕਰਦਾ। ਕਿਉਂਕਿ ਠੀਕ ਹੈ ਜੇ ਕੁੜੀ ਨਹੀਂ, ਕੋਈ ਗੱਲ ਨਹੀਂ, ਹੁਣ ਇਸ ਤਰ੍ਹਾਂ ਹੋ ਰਿਹਾ ਦੁਨੀਆਂ ਦੇ ਵਿੱਚ। ਜੇ ਤੁਸੀਂ ਵਫਾ ਭਾਲਦੇ ਹੋ, ਅੱਜ ਕੱਲ੍ਹ ਇੰਨੀ ਸੌਖੀ ਨਹੀਂ ਨਾ ਮਿਲਦੀ, ਉਹ ਇਸ ਕਰਕੇ ਤੁਹਾਨੂੰ ਕੋਈ ਗੱਲ ਨਹੀਂ। ਹੋਰ ਸਹੀ, ਨੁਕਸਾਨ ਹੋਣਾ ਸੀ ਹੋ ਗਿਆ, ਲੇਕਿਨ ਹੁਣ ਵੱਡਾ ਨੁਕਸਾਨ ਪਰਿਵਾਰ ਲਈ ਤਾਂ ਹੋ ਗਿਆ। ਖੈਰ, ਫਿਰ ਦੂਜੀ ਖਬਰ ਮੈਂ ਤੁਹਾਨੂੰ ਦੱਸੀ ਸੀ, ਇਹ ਉਹਨਾਂ ਦੇ ਜਿਹਨਾਂ ਦੇ ਬੱਚੇ ਛੋਟੇ ਨੇ, ਇਹ ਨਾ ਸਮਝੋ ਕਿ 5 ਸਾਲ ਦਾ ਬੱਚਾ ਹਲੇ ਨਰਸਰੀ ਚ ਪੜ੍ਹ ਰਿਹਾ, ਪਤਾ ਨੀ ਉਹਦੇ ਅੰਦਰ ਕੀ ਚੱਲਦਾ, ਕਿੰਨਾ ਗੁੱਸਾ ਹੈ, ਕਿੰਨਾ ਕੜੱਤਣ ਹੁੰਦੀ ਹੈ। ਹਾਲਾਂਕਿ ਸਮਝਿਆ ਜਾਂਦਾ ਹੈ ਕਿ ਬੱਚੇ ਜਿਹੜੇ ਮਾਸੂਮ ਨੇ, ਉਹਨਾਂ ਦਾ ਗੁੱਸਾ, ਉਹਨਾਂ ਦੇ ਵਿੱਚ ਜਿਹੜਾ ਵਿਰੋਧ ਹੈ, ਕ੍ਰੋਧ ਹੈ, ਦੁਸ਼ਮਣੀ ਦੀ ਭਾਵਨਾ, ਉਹ ਐਵੇਂ ਸਿਰ ਭਰ ਲਈ ਹੁੰਦੀ ਹੈ। ਪਰ ਕਿਉਂਕਿ ਮੀਡੀਆ ਦਾ ਬਹੁਤ ਵੱਡਾ ਅਸਰ ਪੈਣ ਲੱਗ ਗਿਆ ਬੱਚਿਆਂ ਦੇ, TV ਦੇਖਦੇ ਨੇ, ਕਾਰਟੂਨ ਦੇਖਦੇ ਨੇ, ਕਾਰਟੂਨ ਤੇ ਰੀਅਲ ਤੇ ਰੀਅਲ ਵਰਲਡ ਦਾ ਉਹਨਾਂ ਨੂੰ ਸਮਝ ਨਹੀਂ, ਫਰਕ ਨਹੀਂ ਪਤਾ ਲੱਗਦਾ, ਇਹੀ ਹੋ ਸਕਦਾ।
ਹੁਣ ਬਿਹਾਰ ਦਾ ਸਕੂਲ ਹੈ, ਬੱਚਾ ਪੜ੍ਹਦਾ ਨਰਸਰੀ ਦੇ ਵਿੱਚ। ਬਿਹਾਰ ਦੇ ਵਿੱਚ ਸਕੂਲ ਜਿਹੜਾ ਤ੍ਰਿਵੇਣੀਗੰਜ, ਤ੍ਰਿਵੇਣੀ ਹੁੰਦੀ ਹੈ ਨਾ, ਤ੍ਰਿਵੇਣੀਗੰਜ ਦਾ ਲਾਲ ਪੱਟੀ ਹੈ ਇਸ ਜਗ੍ਹਾ, ਉੱਥੇ ਸੇਂਟ ਜੋਨ ਬੋਰਡਿੰਗ ਸਕੂਲ ਹੈ। ਇਹ ਤਾਂ ਮਹਿੰਗਾ ਸਕੂਲ ਹੋਏਗਾ, ਵਧੀਆ ਸਕੂਲ ਦਾ ਨਾਮ ਹੀ ਦੱਸਦਾ ਬੋਰਡਿੰਗ ਸਕੂਲ। ਨਰਸਰੀ ਦਾ ਬੱਚਾ 5 ਸਾਲ ਦਾ ਬੈਗ ਦੇ ਵਿੱਚ ਆਪਦਾ ਪਿਓ ਦਾ ਪਿਸਤੌਲ ਪਾ ਕੇ ਚਲੇ ਗਿਆ। ਪ੍ਰੇਅਰ ਤੋਂ ਪਹਿਲਾਂ ਸਕੂਲ ਦੇ ਵਿੱਚ, ਹਾਲੇ ਤਾਂ ਇਕੱਠੇ ਹੋਣੀ ਸੀ, ਅਸੈਂਬਲੀ ਹੋਣੀ ਸੀ ਜਿਹੜੀ ਡੇਲੀ ਅਸੈਂਬਲੀ ਹੁੰਦੀ ਹੈ, ਤੇ ਉਹਨੇ ਪ੍ਰਸਤਾਵ ਕੱਢਿਆ ਜਿਹਦੇ ਨਾਲ ਉਹਦੀ ਲੜਾਈ ਸੀ। 3ਜੀ ਕਲਾਸ ਦੇ ਬੱਚੇ ਨੇ ਉਹਦੇ ਗੋਲੀ ਮਾਰੀ, 5 ਸਾਲ ਦੇ ਬੱਚੇ ਨੇ, ਮਤਲਬ 5 ਸਾਲ ਦੇ ਬੱਚੇ ਨੇ 8 ਸਾਲ ਦੇ ਮੁੰਡੇ ਤੇ ਗੋਲੀ ਮਾਰੀ। ਉਹਦੇ ਕੱਪੀ ਬਾਅਦ ਚ ਲੱਗੀ, ਹਸਪਤਾਲ ਚ ਪਿਆ। ਫਿਰ ਬੱਚੇ ਤੋਂ ਪਿਸਤੌਲ ਖੋਹ ਲਿਆ ਸਾਰਾ, ਹੁਣ ਦੋਨਾਂ ਦੇ ਪਰਿਵਾਰਾਂ ਨੂੰ ਬੁਲਾ ਲਿਆ। ਪਰ ਹੁਣ ਇਹਦੇ ਵਿੱਚ ਬੱਚੇ ਦਾ ਕਸੂਰ, ਪਿਸਤੌਲ ਕਿਵੇਂ ਲੈ ਗਿਆ, ਪਤਾ ਕਿਵੇਂ ਲੱਗਿਆ ਗੋਲੀ ਚੱਲਦੀ ਹੈ 5 ਸਾਲ ਦੇ ਬੱਚੇ ਨੂੰ, ਵੱਡੇ ਸਵਾਲ ਨੇ ਸਾਡੇ ਸਾਹਮਣੇ। ਤੇ ਅਸੀਂ ਇਹ ਦੇਖਣਾ ਹੋਊਗਾ ਕਿ ਬੱਚਿਆਂ ਦੀ ਪਾਲਣ ਪੋਸ਼ਣ ਦੇ ਵਿੱਚ ਕਿੱਥੇ ਗੜਬੜ ਕਰ ਰਹੇ ਹੈ ਇਹ ਸਾਰੇ ਮਾਪਿਆਂ ਨੂੰ, ਜੇ ਕਿਤੇ ਗੜਬੜ ਹੋ ਰਹੀ। ਗੜਬੜ ਤਾਂ ਅਸੀਂ ਆ ਵੀ ਕੀਤੀ UPSC ਦੇ ਵਿੱਚ, ਜਿਹਦੇ ਵੀ ਪੂਜਾ ਖੇਡ ਕਰਦੀ ਮਾਂ ਵੀ ਇਹ ਜੀ, ਮਾਂ ਵੀ ਫੜੀ ਗਈ ਸੀ, ਤੇ ਉਹਦੀ ਵੀ ਗੜਬੜ। ਹੇਰਾ ਫੇਰੀ ਨਾਲ ਸਾਰੇ ਇਕੱਲੇ ਦੀ, ਇੱਕ ਨੀ 3 ਹੇਰਾ ਫੇਰੀਆਂ, ਹੈਡੀਕੈਪ ਦਾ ਸਰਟੀਫਿਕੇਟ ਗਲਤ, ਉਮਰ ਦਾ ਗਲਤ, ਮਾਂ ਤੇ OBC ਦਾ ਗਲਤ। ਤੇ ਹੁਣ ਜਦੋਂ ਕੇਸ ਆ ਗਿਆ, ਕੇਸ ਵੀ ਆਪਦੀ ਗਲਤੀ ਨਾਲ ਆਇਆ, ਫੁਕਰੇਬਾਜ਼ੀ ਨਾਲ, ਤੇ ਜਦੋਂ ਬਾਹਰ ਆ ਗਿਆ ਇਹਨੂੰ ਨੋਟਿਸ ਦਿੱਤਾ ਵੀ ਜਵਾਬ ਦੇ ਇਹ ਸਰਟੀਫਿਕੇਟਾਂ ਬਾਰੇ, ਜਵਾਬ ਤਾਂ ਦੇਵੇ ਜੇ ਕੋਈ ਸਹੀ ਹੋਵੇ। ਜਾਂਚ ਕੀਤੀ ਸੀ, ਇਸ ਜਲਦੀ ਪਾਏ ਗਏ, ਉਹਦਾ ਕੋਈ ਉਹਦੇ ਕੋਲ ਡਿਫੈਂਸ ਨਹੀਂ ਸੀ ਉਹਦੀ ਜਿਹੜੀ ਹੈ ਉਮੀਦਵਾਰੀ ਖੇਡ ਕਰਦੀ, ਪੂਜਾ ਖੇਡ ਕਰਦੀ, ਉਹ ਰੱਦ ਕਰਦੀ ਹੈ, ਉਹ ਰੱਦ ਹੋਣੀ ਸੀ। ਪਰ ਗੱਲ ਤਾਂ ਇਹ ਹੈ ਕਿ UPSC ਵਰਗੇ ਉਹਨਾਂ ਚ ਕੀ ਕਿਹਾ, ਜਿਹੜੇ ਬੰਦੇ ਨੇ ਮੰਨੇ ਜਾਂਦੇ ਸਰਟੀਫਿਕੇਟ ਪ੍ਰਵਾਨ ਕੀਤੇ ਉਹਨਾਂ ਚ ਕੀ ਕਾਰਵਾਈ ਹੈ, ਇਹ ਵੀ ਤਾਂ ਦੇਖਣ ਵਾਲੀ ਗੱਲ ਹੈ। ਤੇ ਜਿਹੜੇ ਬੰਦੇ ਨੇ ਕਰਨੀ ਸੀ, UPSC ਦੇ ਚੇਅਰਮੈਨ ਮਨੋਜ ਸੋਨੀ, ਉਹ ਅਸਤੀਫਾ ਦੇ ਗਏ ਸੀ। ਉਹਨਾਂ ਦੇ ਅਸਤੀਫੇ ਤੋਂ ਬਾਅਦ ਹੁਣ ਇੱਕ ਨਵਾਂ ਜਿਹੜੇ ਚੇਅਰਪਰਸਨ ਲਾਤਾ, ਉੱਥੋਂ ਦੀ ਮੈਂਬਰ ਸੀ UPSC ਦੀ, ਪ੍ਰੀਤੀ ਸੂਦਨ, ਇਹ ਆਂਧਰਾ ਪ੍ਰਦੇਸ਼ ਦੇ ਬੈਚ ਦੀ ਹੈ, IAS ਦੀ 1983 ਬੈਚ ਹੈ ਇਹਦਾ, ਉਹਨੂੰ ਚੇਅਰਪਰਸਨ ਲਾਤਾ। ਤੇ ਉਹ 4 ਜੁਲਾਈ ਨੂੰ ਮਨੋਜ ਸੋਨੀ ਛੱਡ ਗਏ ਸੀ ਅਸਤੀਫਾ ਦੇ ਕੇ। ਅਗਲੀ ਖਬਰ ਆਪਾਂ ਲਈਏ, ਕੇਜਰੀਵਾਲ ਹਰ ਰੋਜ਼ ਹੀ ਖਬਰਾਂ 'ਚ ਹੈ, ਤਿਹਾੜ ਜੇਲ੍ਹ 'ਚ ਹੈ, ਪਰ ਖਬਰਾਂ 'ਚ ਹੈ। ਮਨੀਸ਼ ਸਿਸੋਦੀਆ ਉਦੋਂ ਪਹਿਲਾਂ ਦਾ ਜੇਲ੍ਹ 'ਚ ਹੈ, ਕੇਕ ਹਫ਼ਤਾ ਇਹਨਾਂ ਦੇ ਚੱਕਰ 'ਚ ਫਸ ਗਈ। ਤੋ ਇਹ ਤਲਗਾਨਾ ਦੀ MLA ਹੈ, ਉੱਥੋਂ ਦੇ ਮੁੱਖ ਮੰਤਰੀ ਦੀ ਬੇਟੀ, ਤੇ ਹੁਣ ਕਿਸੇ ਨੂੰ ਨਹੀਂ ਛੱਡਿਆ ਗਿਆ। ਹਾਲ ਦੀ ਘੜੀ 9 ਅਗਸਤ ਤੱਕ ਕੋਈ ਉਸਦੀ ਜਿਹੜੀ ਦਿੱਲੀ ਦੀ ਅਦਾਲਤ ਹੈ, ਰੋਜ਼ ਐਵਨਿਊ, ਕਹਿੰਦੇ ਭਾਈ ਤੁਸੀਂ ਉਦੋਂ ਤੱਕ ਤਾਂ ਰੱਖੋ। ਇਹ ਇੱਕ CBI ਦਾ ਮਾਮਲਾ, ਫਿਰ ED ਦੇ ਮਾਮਲੇ ਵਿੱਚ 13 ਅਗਸਤ ਤੱਕ 2 ਮਾਮਲੇ ਇਕੱਠੇ ਚੱਲ ਰਹੇ। ਤੋ ਇਸ ਤਰ੍ਹਾਂ ਹੁਣ ਇੱਕ ਪਟੀਸ਼ਨ ਪਾਈ ਸੀ ਅੰਮ੍ਰਿਤਪਾਲ ਸਿੰਘ ਨੇ, ਖਡੂਰ ਸਾਹਿਬ ਦੇ ਸਾਂਸਦ, ਕਿ ਜੀ NSA ਵੇਲੇ ਤੇ ਗਲਤ ਲਾਇਆ ਗਿਆ ਤੇ ਇਹ ਜਿਹੜਾ ਹੈ ਉਹ ਖਤਮ ਕਰੋ, ਨਜ਼ਰਬੰਦੀ ਮੇਰੀ ਗਲਤ ਹੈ, ਮੈਂ ਸਾਂਸਦ ਹਾਂ,
ਹਲਕੇ ਦੀ ਨੁਮਾਇੰਦਗੀ ਕਰਨੀ ਹੈ ਮੈਂ, ਤੇ ਇਹ ਜਿਹੜਾ ਕੁਝ ਹੋ ਰਿਹਾ ਮੇਰੇ ਨਾਲ ਗੈਰ ਸੰਵਿਧਾਨਕ ਹੈ, ਕਾਨੂੰਨ ਦੇ ਵਿਰੁੱਧ ਹੈ, ਦੁਰਭਾਵਨਾ ਦਲ ਭਰਿਆ ਹੋਇਆ, ਸਰਕਾਰ ਦੀ ਭਾਵਨਾ ਠੀਕ ਨਹੀਂ, ਇਹ ਸਾਰੀਆਂ ਗੱਲਾਂ, ਇਹ ਸਾਰੇ ਤਰਕ ਦਿੱਤੇ ਸੀ ਆਪਣੀ ਪਟੀਸ਼ਨ ਚ, ਤੇ ਹੁਣ ਸਰਕਾਰ ਨੇ ਨੋਟਿਸ ਦੇ ਤਾ ਪੰਜਾਬ ਸਰਕਾਰ ਨੂੰ ਵੀ, ਕੇਂਦਰ ਸਰਕਾਰ ਦੇਖੋ ਕੀ ਫੈਸਲਾ। ਇੱਕ ਬੀਬੀ ਰਜੀਤ ਰੰਜਨ ਹੈ, ਰਾਜ ਸਭਾ ਦੀ ਮੈਂਬਰ ਹੈ, ਸ਼ਾਇਦ ਉਹ ਬਿਹਾਰ ਤੋਂ ਹੈ, ਤੇ ਮੈਂ ਕਲੀਅਰ ਨਹੀਂ ਪਰ ਬਿਹਾਰ ਤੋਂ ਲੱਗਦੀ ਹੈ, ਵਧੀਆ ਬੋਲਦੀ ਹੈ। ਤੇ ਉਹਨੇ ਇੱਕ ਮੁੱਦਾ ਉਠਾਇਆ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਂ ਤੇ ਹੋਣਾ ਚਾਹੀਦਾ। ਵੈਸੇ ਤਾਂ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਯਾਦਗਾਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ, ਤੇ ਉਹਨਾਂ ਦੇ ਨਾਮ ਤੇ ਹੋਵੇ ਤਾਂ ਕੋਈ ਵੱਡਾ, ਜਿਵੇਂ ਹੁਣ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਬਣਾਤਾ, ਇਹੋ ਜਿਹਾ ਵੱਡਾ ਨਾਂ ਰੱਖਣਾ ਚਾਹੀਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ। ਹੁਣ ਤਾਂ ਫਿਰ ਜਦ ਤੁਸੀਂ ਕਹਿੰਦੇ ਹੋ ਜੀ ਇਹ ਹਿੰਦ ਦੀ ਚਾਦਰ ਨੇ, ਹਾਲਾਂਕਿ ਉਹ ਤਾਂ ਮਨੁੱਖਤਾ ਦੇ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਸੀ। ਖੈਰ ਜੋ ਵੀ ਹੈ, ਰਜੀਤ ਰੰਜਨ ਨੇ ਇਹ ਮਸਲਾ ਉਠਾਇਆ ਕਿ ਹਿੰਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਜਦੋਂ ਹੁਣ 24 ਨਵੰਬਰ ਨੂੰ ਉਹਨਾਂ ਦਾ ਸ਼ਹੀਦੀ ਦਿਵਸ ਹੋਣਾ, ਇਸ ਤਰ੍ਹਾਂ ਦਾ ਐਲਾਨ ਕਰੋ। ਜੀਰੋ ਆਮ ਹੁੰਦਾ ਨਾ ਜਿਹੜਾ, ਸਿਫਰ ਕਾਲ ਜਿਹਨੂੰ ਕਹਿੰਦੇ ਆ, ਉਹਦੇ ਚ ਮਸਲਾ ਉਠਾਇਆ। ਕੱਲ ਸੋਨੀਆ ਗਾਂਧੀ ਜੀ ਹੁਣ ਸੀਨੀਅਰ ਲੀਡਰ ਨੇ, ਸੰਸਦੀ ਦਲ ਦੇ ਉਹ ਚੇਅਰਪਰਸਨ ਨੇ, ਉਹਨਾਂ ਨੇ ਕੱਲ ਆਪਣੇ ਸਾਰੇ ਸੰਸਦਾਂ ਨੂੰ, ਜਿਹੜਾ ਸੰਵਿਧਾਨ ਸਦਨ ਹੈ, ਸੈਂਟਰਲ ਹਾਲ ਹੈ, ਉਹਦੇ ਵਿੱਚ ਇਕੱਠੇ ਕੀਤਾ, ਸੰਸਦੀ ਦਲ ਦੀ ਮੀਟਿੰਗ ਕੀਤੀ ਔਰ ਉਹਨਾਂ ਨੂੰ ਸਮਝਾਏ ਨੁਕਤੇ ਕਿ ਦੇਖੋ ਫਾਇਦਾ ਉਠਾਓ, ਹੁਣ ਲੋਕ ਸਾਡੇ ਨਾਲ ਨੇ, ਲੋਕ ਸਾਡੇ ਪੱਖ 'ਚ ਨੇ, ਪਰ ਸਾਨੂੰ ਜ਼ਿਆਦਾ ਆਤਮ ਵਿਸ਼ਵਾਸੀ ਨਹੀਂ ਹੋਣਾ, ਓਵਰ ਕੌਨਫੀਡੈਂਸ ਨਹੀਂ ਹੋਣਾ ਚਾਹੀਦਾ, ਸਾਨੂੰ ਕੰਮ ਕਰਨਾ ਚਾਹੀਦਾ। ਹਰਿਆਣਾ, ਮਹਾਰਾਸ਼ਟਰ, ਝਾਰਖੰਡ, ਉਦੋਂ ਬਾਅਦ ਬਿਹਾਰ 'ਚ ਇਲੈਕਸ਼ਨ ਹੋਣੀ ਨੇ, ਇਹ ਜਿੱਤਣ ਲਈ ਆਪਾਂ ਨੂੰ ਤਿਆਰੀ ਕਰਨੀ ਚਾਹੀਦੀ ਹੈ। ਤੇ ਨਾਲ ਉਹਨਾਂ ਨੇ ਕਿਹਾ ਦੇਖੋ ਬਗੋ ਹੋਰ ਉਹਨਾਂ ਨੇ ਦੇਖੋ ਕਹਿੰਦੇ ਸਰਕਾਰ ਨੇ ਤਾਂ ਸੈਂਸਸ ਕਰਾਉਣੀ, ਮਰਦਮਸ਼ੁਮਾਰੀ ਪੈਂਡਿੰਗ ਪਈ ਹੈ 21 ਤੋਂ, ਲੇਕਿਨ ਸਾਨੂੰ ਪਤਾ ਹੈ ਕਿ ਵੱਡੀ ਗਿਣਤੀ ਹੈ ਜਿਹੜੇ ਹੈ, ਜਾਤਾਂ ਕਬੀਲਿਆਂ, ਕਿਸੇ ਨੂੰ ਗਿਣਤੀ ਨਹੀਂ ਪਤਾ, ਪਰ ਇਹ ਅੰਦਾਜ਼ਾ ਹੈ ਕਿ 12 ਕਰੋੜ ਲੋਕ ਜਿਹੜੇ ਨੇ ਉਹ PM ਗਰੀਬ ਕਲਿਆਣ ਯੋਜਨਾ ਤੋਂ ਵਾਂਝੇ ਨੇ, ਇਹਨਾਂ ਨੂੰ ਟਰੈਸ ਕਰੋ। ਪੇਪਰ ਲੀਕ ਦੇ ਮਾਮਲੇ ਦੀ ਗੱਲ ਉਹਨਾਂ ਨੇ ਸਾਰੇ ਮਾਮਲਿਆਂ ਨੂੰ ਦੱਸੇ ਕਿ ਤੁਸੀਂ ਇਹਨਾਂ 'ਤੇ ਗੱਲ ਕਰਕੇ ਆਪਾਂ ਨੂੰ ਲੋਕਾਂ ਦੇ ਵਿੱਚ ਵਿਚਰਨਾ ਚਾਹੀਦਾ ਤਾਂ ਕਿ ਅਸੀਂ ਆਉਣ ਵਾਲੇ ਟਾਈਮ 'ਚ ਜਿੱਤ ਸਕੀਏ, ਜਿੱਤ ਵੱਲ ਵੱਧ ਸਕੀਏ। ਇਹ ਸੋਨੀਆ ਗਾਂਧੀ ਨੇ ਮੰਤਰ ਦਿੱਤਾ ਆਪਣੇ ਬੰਦਿਆਂ ਨੂੰ। ਸੋ ਪਹਿਲੇ ਦਰਸ਼ਕੋ ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ, ਕੱਲ ਮਿਲਦੇ ਹਾਂ 8:40 ਖਬਰ ਤੇ ਨਜ਼ਰ ਸੁਜਿੰਦਰ ਵਾਲੀ ਸ਼ੋਅ ਦੇ ਵਿੱਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰ ਤੇ ਨਜ਼ਰ।